ਰਿਹਾ ਤੇ ਕੰਮ ਕੀਤਾ ਤਾਂ ਉਹ ਇੱਥੇ ਪਰਮਨੈਂਟ ਸੈਟਲਮੈਂਟ ਵੀ ਲੈ ਸਕਦੇ ਨੇ ਕਾਫੀ ਸਾਰੇ ਕਾਲਰ ਲਾਈਨਾਂ ਦੇ ਉੱਤੇ ਨੇ ਵੇਖਦੇ ਅੱਜ ਦੇ ਪਹਿਲੇ ਕਾਲਰ ਕੌਣ ਨੇ ਜੀ ਹੈਲੋ ਜੀ ਮਲਿਕ ਸਾਹਿਬ ਆਪਣਾ ਜਦੋਂ ਆਪਾਂ ਹੁਣ ਇਮੀਗ੍ਰੇਸ਼ਨ ਬੰਦ ਹੋ ਗਈ ਹੈ ਜਿਹੜੇ ਇਟਲੀ ਵਗੈਰਾ ਜਾਂ ਯੂਰਪ ਤੋਂ ਆ ਰਹੇ ਬੰਦੇ ਉਹਨਾਂ ਲਈ ਜੀ ਤੁਹਾਡੀ ਕੱਲ ਤਾਂ ਸ਼ੁਕਰੀਆ ਨਹੀਂ ਇਹ ਬੰਦ ਨਹੀਂ ਹੋਈ ਹੈ ਇਮੀਗ੍ਰੇਸ਼ਨ ਲੇਕਿਨ ਚੁੱਕੇ ਯੂਕੇ ਯੂਰਪ ਤੋਂ ਬਾਹਰ ਨਿਕਲ ਗਿਆ ਇਸ ਸਿਲਸਿਲੇ ਚ ਹੁਣ ਇੱਕ ਡੇਟ ਆ ਜਾਏਗੀ ਉਸ ਡੇਟ ਤੋਂ ਬਾਅਦ ਜਿਹੜੇ ਯੂਰੋਪੀਅਨ ਸਿਟੀਜ਼ਨ ਹੋਣਗੇ ਉਹਨਾਂ ਨੂੰ ਯੂਕੇ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਜਿਸ ਤਰ੍ਹਾਂ ਅੱਜ ਕੰਮ ਕਰਨ ਦੀ ਇਜਾਜ਼ਤ ਹੈ ਲੇਕਿਨ ਅਗਰ ਕੋਈ ਬੰਦਾ ਅੱਜ ਜਾਂ ਕੱਲ੍ਹ ਯੂਰਪ ਤੋਂ ਆ ਜਾਂਦਾ ਇੱਥੇ ਆ ਕੇ ਕੰਮ ਕਰਦਾ ਉਹ ਇੱਥੇ ਰੈਜੀਡੈਂਟ ਪਰਮਿਟ ਜਾਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਰੈਜੀਡੈਂਟ ਪਰਮਿਟ ਲੈ ਸਕਦਾ ਅੱਜ ਤੱਕ ਉਹ ਜਿਹੜਾ ਰਸਤਾ ਉਹ ਬੰਦ ਨਹੀਂ ਹੋਇਆ ਲੇਕਿਨ ਬਹੁਤ ਜਲਦ ਹੋ ਜਾਏਗਾ ਕੱਲ੍ਹ ਦਾ ਸ਼ੁਕਰੀਆ ਵਧੀਆ ਨੈਕਸਟ ਕਾਲਰ ਵੱਲ ਜੀ ਸਤਿ ਸ਼੍ਰੀ ਅਕਾਲ ਮਲਿਕ ਸਾਹਿਬ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਾਡੇ ਨਾ ਵੱਡੇ ਭਾਜੀ ਇਟਲੀ ਵਿੱਚ ਆ ਠੀਕ ਹੈ ਉਹ ਜਿੱਦਾਂ ਉੱਥੋਂ ਆਨਲਾਈਨ ਉਹਨਾਂ ਨੇ ਇੰਸ਼ੋਰੈਂਸ ਨੰਬਰ ਇੱਥੇ ਅਪਲਾਈ ਕਰਨਾ ਉਹ ਕਰ ਸਕਦੇ ਆ ਜਾਂ ਇੱਥੇ ਆਉਣਾ ਪਊਗਾ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਨਹੀਂ ਉਹਨਾਂ ਨੂੰ ਇੱਥੇ ਆਉਣਾ ਪਏਗਾ ਇੱਥੇ ਆ ਕੇ ਕੰਮ ਲੱਭਣਾ ਪਏਗਾ ਅਗਰ ਉਹਨੇ ਇੱਥੋਂ ਕੰਮ ਲੱਭ ਗਿਆ ਤਾਂ ਫਿਰ ਇੰਸ਼ੋਰੈਂਸ ਨੰਬਰ ਲੈ ਲੈਣਗੇ ਅਗਰ ਕੰਮ ਲੱਭ ਗਿਆ ਇੰਸ਼ੋਰੈਂਸ ਨੰਬਰ ਮਿਲ ਗਿਆ ਫਿਰ ਉਹ ਇੱਥੇ ਆਪਣੇ 5 ਸਾਲ ਦੇ ਸਟੇ ਦੇ ਵਾਸਤੇ ਐਪਲੀਕੇਸ਼ਨ ਕਰ ਸਕਣਗੇ ਲੇਕਿਨ ਇਹ ਅਗਰ ਉਹ ਕਰਨਾ ਚਾਹੁੰਦੇ ਨੇ ਤਾਂ ਜਿਤਨਾ ਜਲਦੀ ਹੋ ਸਕੇ ਇਤਨਾ ਜਲਦੀ ਕਰ ਲੈਣ ਕਿਉਂਕਿ ਇੱਕ ਵਾਰੀ ਅਗਰ ਯੂਕੇ ਯੂਰਪ ਤੋਂ ਨਿਕਲ ਗਿਆ ਫਿਰ ਯੂਰੋਪੀਅਨ ਸਿਟੀਜ਼ਨ ਨੂੰ ਇੱਥੇ ਆ ਕੇ ਈਜ਼ੀਲੀ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੋਏਗੀ ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵੱਲ ਜੀ ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਆਪ ਜੀ ਨੂੰ ਰਿਕੁਐਸਟ ਕਰਨੀ ਸੀ ਆਪ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਕੁਛ ਬੋਲ ਰਹੇ ਸੀ ਤੇ ਮੇਰੇ ਟੀਵੀ ਦੀ ਆਵਾਜ਼ ਨਹੀਂ ਸੀ ਆ ਰਹੀ ਤੇ ਪਲੀਜ਼ ਜ਼ਰਾ ਰਿਪੀਟ ਕਰ ਦਿਓ ਦੁਬਾਰੇ ਨਾਲੇ ਮੈਂ ਇੱਕ ਗੱਲ ਹੋਰ ਪੁੱਛਣੀ ਸੀਗੀ ਕਿ ਕੀ ਹੁਣ ਕੋਈ ਇਹਨਾਂ ਦੀ ਲੈਗੇਸੀ ਸਕੀਮ ਦੇ ਚਾਂਸਸ ਹੈ ਜਾਂ ਫਿਰ ਲੌਂਗ ਟਾਈਮ ਵੇਟ ਕਰਨੀ ਪਈ ਥੈਂਕ ਯੂ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਅਸਲ ਦੇ ਵਿੱਚ ਲੈਗੇਸੀ ਇਸ ਗੌਰਮੈਂਟ ਨੂੰ ਆਉਣ ਤੋਂ ਪਹਿਲੇ ਹਰ 4-5 ਸਾਲ ਬਾਅਦ ਕੋਈ ਨਾ ਕੋਈ ਐਮਨੈਸਟੀ ਲੈਗੇਸੀ ਆਉਂਦੀ ਸੀ ਲੇਕਿਨ ਜਦੋਂ ਤੋਂ ਇਹ ਗੌਰਮੈਂਟ ਆਈ ਇਹਨੇ ਲੈਗੇਸੀ ਨਹੀਂ ਕੱਢੀ ਬਲਕਿ ਹੁਣ 2 ਲੈਗੇਸੀ ਡਿਊ ਹੋ ਚੁੱਕੀਆਂ ਅੱਜ ਕੱਲ ਜਿਸ ਤਰ੍ਹਾਂ ਪਹਿਲੇ ਵੀ ਅਸੀਂ ਹੁਣ ਜ਼ਿਕਰ ਕੀਤਾ ਹੈ ਕਿ ਤੁਹਾਨੂੰ ਵੀ ਪਤਾ ਹੈ ਕਿ ਯੂਕੇ ਯੂਰਪ ਦਾ ਨਿਕਲ ਗਿਆ ਇੱਥੇ ਤਕਰੀਬਨ 3 ਲੱਖ 3 ਮਿਲੀਅਨ ਯਾਨੀ 3 ਲੱਖ ਯੂਰਪੀਅਨ ਲੋਕ ਨੇ ਜਿਹੜੇ ਯੂਕੇ ਦੇ ਵਿੱਚ ਰਹੇ ਨੇ ਇਹਨਾਂ ਦੇ ਬਾਰੇ 'ਚ ਕੋਈ ਕਾਨੂੰਨ ਸੋਚ ਰਹੇ ਨੇ ਕੋਈ ਕਾਨੂੰਨ ਬਣਾ ਰਹੇ ਨੇ ਕਿ ਇਹਨਾਂ ਦਾ ਕੀ ਕਰਨ ਉਸ ਵਕਤ ਜਦੋਂ ਇਹਨਾਂ ਦੇ ਬਾਰੇ 'ਚ ਕਾਨੂੰਨ ਬਣੇਗਾ ਜਿਹੜਾ ਕਿ ਨੈਕਸਟ 2-3 ਮਹੀਨਿਆਂ ਦੇ ਵਿੱਚ ਬਣੇਗਾ ਉਸ ਵਕਤ ਚਾਂਸਿਸ ਹਨ ਕਿ ਸ਼ਾਇਦ ਕੋਈ ਐਮਨੈਸਟੀ ਜਾਂ ਲੈਗੇਸੀ ਨਿਕਲ ਜਾਏ ਲੇਕਿਨ ਚਾਂਸਿਸ ਨੇ ਕਿਉਂਕਿ ਕਾਫੀ ਸਾਰੇ ਲੋਕ ਇਸ ਤਰ੍ਹਾਂ ਦੇ ਹੋ ਗਏ ਨੇ ਜਿਹੜੇ ਕਿ ਕੱਚੇ ਨੇ ਜਿਨ੍ਹਾਂ ਦੇ ਕੇਸਿਸ ਦੇ ਫੈਸਲੇ ਨਹੀਂ ਹੋਏ ਨੇ ਤਾਂ ਇਸ ਦੀ ਕਾਫੀ ਡਿਮਾਂਡ ਹੋ ਰਹੀ ਹੈ ਚਾਂਸਿਸ ਨੇ ਕਿ ਸ਼ਾਇਦ ਨੈਕਸਟ ਫਿਊ ਮੰਥ ਵਿੱਚ ਕੋਈ ਨਾ ਕੋਈ ਐਮਨੈਸਟੀ ਨਿਕਲ ਆਏ ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵੱਲ ਜੀ ਜੀ ਤੁਸੀਂ ਗੱਲ ਕਰੋ ਜੀ ਜੀ ਜਿਵੇਂ ਲੱਗਦਾ ਕਿ ਸ਼ਾਇਦ ਇਹ ਕਾਲ ਡਰਾਪ ਹੋ ਰਹੀ ਹੈ ਵਧਿਆ ਨੈਕਸਟ ਕਾਲਰ ਵੱਲ ਜੀ ਲੱਗਦਾ ਕਿ ਸ਼ਾਇਦ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਗੱਲ ਕਰੋ ਜੀ ਹਾਂਜੀ ਅਸਲਾਮਵਾਲੇਕੁਮ ਜੀ ਜੀ ਵਾਲੇਕੁਮ ਸਲਾਮ ਅੱਛਾ ਅਸੀਂ ਨਾ ਮੈਂ ਅੱਗੇ ਵੀ ਫੋਨ ਕੀਤਾ ਸੀਗਾ ਆਪਣੇ ਪਰਮਾਨੈਂਟ ਰੈਜੀਡੈਂਸ ਕਾਰਡ ਲਈ ਪੇਪਰ ਭੇਜੇ ਸੀਗੇ ਅੱਛਾ ਉਹਨਾਂ ਨੇ ਪਹਿਲਾਂ ਦੱਸਿਆ ਨੀ ਮੈਂ ਇੱਕ ਦਿਨ ਫੋਨ ਵੀ ਕੀਤਾ ਵੀ ਸਾਡੇ ਬੈਂਕ ਤੋਂ ਪੈਸੇ ਨੀ ਕੱਟ ਹੋਏ ਤਾਂ ਕਹਿੰਦੇ ਜੇ ਨਹੀਂ ਕੱਟ ਹੋਏ ਤਾਂ ਫਿਰ ਤੁਹਾਨੂੰ 4 ਤੋਂ 6 ਵੀਕ ਦੇ ਵਿੱਚ ਪੇਪਰ ਵਾਪਸ ਆ ਜਾਣੇ ਸੀ ਠੀਕ ਹੈ ਤਾਂ ਪੇਪਰ ਹੁਣ ਸਾਨੂੰ 3 ਮਹੀਨਿਆਂ ਬਾਅਦ ਭੇਜ ਦਿੱਤੇ ਵਾਪਸ ਕਹਿੰਦੇ ਵੀ ਤੁਸੀਂ ਦੁਬਾਰਾ ਸਾਨੂੰ ਪੇਮੈਂਟ ਵਾਲਾ ਫਾਰਮ ਭਰ ਕੇ ਭੇਜੋ ਤਾਂ ਪਹਿਲਾਂ ਫਾਰਮ ਪਤਾ ਨੀ ਕਿੱਥੇ ਗਵਾ ਲਿਆ ਉਹਨਾਂ ਨੇ ਅੱਛਾ ਤੇ ਉਹ ਹੁਣ ਸਾਡੇ ਪੇਪਰ ਵਾਪਸ ਆ ਗਏ ਹੁਣ ਅਸੀਂ ਵਿੱਚੋਂ ਉਹਨਾਂ ਦੇ ਕੋਈ ਪੇਪਰ ਬਦਲੀਏ ਜਾਂ ਪੇਮੈਂਟ ਨਾਲ ਭੇਜ ਕੇ ਤਾਂ ਉਹੀ ਪੇਪਰ ਵਾਪਸ ਕਰ ਦਈਏ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਪਤਾ ਨਹੀਂ ਰਸਤੇ ਚ ਕੋਈ ਗੜਬੜ ਹੋ ਗਈ ਹੈ ਤਾਂ ਉਸੇ ਦੁਬਾਰਾ ਐਪਲੀਕੇਸ਼ਨ ਕਰਨਾ ਪਏਗੀ ਲੇਕਿਨ ਲੇਟੈਸਟ ਪੇਪਰ ਸਬਮਿਟ ਕਰਨਾ ਪੈਣਗੇ ਜਿਹੜੇ ਪੇਪਰ ਪਹਿਲੇ ਦਿੱਤੇ ਨੇ ਉਹ ਤਾਂ ਠੀਕ ਹਨ ਲੇਕਿਨ ਉਸ ਤੋਂ ਬਾਅਦ ਜਿਹੜੇ ਹੋਰ ਕੋਈ ਲੇਟੈਸਟ ਪੇਪਰ ਨੇ ਜਿਸ ਤਰ੍ਹਾਂ ਜਦੋਂ ਪਹਿਲੇ ਪੇਪਰ ਭੇਜਣ ਉਸ ਤੋਂ ਬਾਅਦ ਅਗਰ ਤੁਹਾਡੀਆਂ ਕੋਈ ਪੇ ਸਲਿਪਸ ਨੇ ਜਾਂ ਕੋਈ ਬੈਂਕ ਸਟੇਟਮੈਂਟਸ ਨੇ ਜਾਂ ਕੋਈ ਬਿੱਲ ਤੁਹਾਡੇ ਕੋਲ ਨੇ ਉਹ ਸਾਰੇ ਪੇਪਰ ਲੇਟੈਸਟ ਵੀ ਲਾ ਕੇ ਸਾਰੇ ਪੇਪਰ ਤਾਂ ਫਿਰ ਤੁਸੀਂ ਦੁਬਾਰਾ ਐਪਲੀਕੇਸ਼ਨ ਕਰੋਗੇ ਲੇਕਿਨ ਤੁਹਾਡੇ ਕੋਲ ਨਵੇਂ ਪੇਪਰ ਵੀ ਮੰਗਣਗੇ ਹੁਣ ਤੱਕ ਨੇ ਜਿੰਨੇ ਪੇਪਰ ਨੇ ਉਹ ਸਾਰੇ ਲਾ ਕੇ ਐਪਲੀਕੇਸ਼ਨ ਕਰੋਗੇ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਨਹੀਂ ਲੇਕਿਨ ਉਹ ਹੈ ਕਿ ਕਿਹੜੇ ਬੰਦੇ ਦੇ ਵਾਸਤੇ ਫ੍ਰੀ ਹੈ ਜਿਹੜੇ ਲੋਕ ਬ੍ਰਿਟਿਸ਼ ਨੈਸ਼ਨਲ ਨੇ ਜਾਂ ਜਿਹਨਾਂ ਦੇ ਕੋਲ ਸਟੇ ਹੈ ਪੱਕਾ ਉਹਨਾਂ ਦੇ ਵਾਸਤੇ ਤਾਂ ਫ੍ਰੀ ਹੈ ਲੇਕਿਨ ਜਿਹੜੇ ਕੱਚੇ ਸਟੇ ਦੇ ਵਾਸਤੇ ਨੇ ਉਹਨਾਂ ਨੂੰ ਫੀ ਪੇ ਕਰਨਾ ਪੈਂਦੀ ਹੈ ਜਿਹੜੀ ਕਿ 200 ਪਾਉਂਡ ਪਰ ਈਅਰ ਹੈ ਜਦੋਂ ਕੋਈ ਬੰਦਾ ਆਪਣੇ ਸਟੇ ਦੇ ਵਾਸਤੇ ਐਪਲੀਕੇਸ਼ਨ ਕਰ ਰਿਹਾ ਉਸ ਵਕਤ ਤੋਂ ਇਮੀਗ੍ਰੇਸ਼ਨ ਵਾਲੇ ਤੁਹਾਡੇ ਕੋਲੋਂ 2.5 ਸਾਲ ਦੀ ਯਾਨੀ 500 ਪਾਉਂਡ ਤੁਹਾਡੇ ਕੋਲੋਂ ਇਨ ਐਡਵਾਂਸ ਲੈ ਲੈਂਦੇ ਨੇ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵੱਲ ਜੀ
ਜੀ ਤੁਸੀਂ ਗੱਲ ਕਰੋ ਜੀ। ਮੈਨੂੰ ਲੱਗਦਾ ਹੈ ਸ਼ਾਇਦ ਇਹ ਕਾਲ ਡਰਾਪ ਹੋ ਰਹੀ ਹੈ। ਵਧੀਆ, ਨੈਕਸਟ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਿੱਦਾਂ ਜੀ ਮੇਰੇ ਮੰਮੀ ਡੈਡੀ ਆਏ ਇੰਡੀਆ ਤੋਂ, ਜਿੱਦਾਂ ਅਸੀਂ ਦੋ ਹੀ ਭਰਾ ਦੋਵੇਂ ਹੀ ਇੱਥੇ ਆ। ਅੱਛਾ, ਜੋਰਕ ਦੀ ਜੋਰਕ ਦੀ ਸਿਟੀ ਨੇ ਸਾਡੇ ਕੋਲ, ਦੋਵਾਂ ਕੋਲ, ਸਾਡਾ ਹੋਰ ਕੋਈ ਭੈਣ ਭਰਾ ਨੀ। ਤੁਹਾਡੀ ਕਿਹੜੀ ਨੈਸ਼ਨੈਲਿਟੀ ਆ? ਜੋਰਕ ਦੀ ਸਿਟੀ ਨੇ ਸਾਡੇ ਕੋਲ। ਕਿਹੜੀ ਕੰਟਰੀ ਦੀ? ਪੁਰਤਗਾਲ ਦੀ ਹੈ ਜੀ। ਠੀਕ ਹੈ, ਤਾਂ ਤੁਹਾਡੇ ਡੈਡੀ ਦੀ ਕਿੰਨੀ ਏਜ ਆ? ਡੈਡੀ ਦੀ ਹੈਗੀ 75,000। ਤਾਂ ਤੁਸੀਂ ਇੱਥੇ ਕੰਮ ਕਰ ਰਹੇ ਹੋ? ਹਾਂਜੀ ਕੰਮ ਕਰਦੇ ਆ। ਕਿੱਦਾਂ ਅਸੀਂ ਇਹਨਾਂ ਨੂੰ ਪੱਕੇ ਕਰਾ ਸਕਦੇ ਇੱਥੇ ਜੀ? ਆਪਣਾ ਰੈਜ਼ੀਡੈਂਟ ਪਰਮਿਟ ਤੁਸੀਂ ਲਿੱਤਾ ਕਿ ਨਹੀਂ ਅਜੇ? ਐਪਲੀਕੇਸ਼ਨ ਪਾ ਕੇ ਉਹਨੇ ਦੇ ਸਟੇ ਦੇ ਵਾਸਤੇ ਐਪਲੀਕੇਸ਼ਨ ਪਾ ਸਕਦੇ ਹੋ। ਤੁਸੀਂ ਐਪਲੀਕੇਸ਼ਨ ਅਗਰ ਕਰਨਾ ਚਾਹੋ ਤੇ ਕਰ ਸਕੋਗੇ। ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰਵਾਲ ਜੀ ਜੀ ਗੱਲ ਕਰੋ ਜੀ। ਜੀ ਸਤਿ ਸ੍ਰੀ ਅਕਾਲ ਸਰ, ਮੈਂ ਆਪਣੇ ਵੀਜ਼ੇ ਬਾਰੇ ਗੱਲ ਕਰਨੀ ਸੀ। ਮੈਂ ਆਪਣਾ ਸਪਾਊਸ ਵੀਜ਼ਾ ਅਪਲਾਈ ਕੀਤਾ ਸੀ 2014 ਦੇ ਵਿੱਚ, ਉਹ 2014 ਦੇ ਵਿੱਚ ਰਿਫਿਊਜ਼ ਹੋ ਗਿਆ ਸੀ। ਫਿਰ ਅਸੀਂ ਅਪੀਲ ਤੇ ਗਏ ਸੀਗੇ, ਉਸ ਤੋਂ ਬਾਅਦ ਉਹਨਾਂ ਨੇ, ਹੋਮ ਆਫਿਸ ਨੇ ਆਪਣੀ ਅਪੀਲ ਜਿਹੜੀ ਵਿਦਡਰੋ ਕਰ ਲਈ ਸੀਗੀ। ਤੇ ਹੁਣ ਉਹਨਾਂ ਨੇ 1.5 ਸਾਲ ਬਾਅਦ ਫਿਰ ਸਾਨੂੰ ਲੈਟਰ ਭੇਜਿਆ ਕਿ ਉਹਨਾਂ ਨੇ ਫਿਰ ਮੇਰਾ ਕੇਸ ਜਿਹੜਾ ਰਿਫਿਊਜ਼ ਕਰਤਾ ਹੈ। ਉਹਨਾਂ ਨੇ ਲਿਖਿਆ ਹੈ ਕਿ ਇਟ ਇਜ਼ ਐਕਸੈਪਟਡ ਦੈਟ ਯੂ ਮੀਟ ਯੂਅਰ ਸੂਟੇਬਿਲਟੀ ਰਿਕੁਆਇਰਮੈਂਟ ਆਫ ਪੈਰਾਗ੍ਰਾਫ RLTP I-111। ਇਹ ਵਾਲਾ ਤੇ ਉਹਨਾਂ ਨੇ ਐਕਸੈਪਟ ਕਰ, ਇਹਦੇ ਵਿੱਚ ਉਹਨਾਂ ਨੇ ਜਿਹੜੀ ਮਿਸਟੇਕ ਦੱਸੀ, ਉਹ ਕਹਿੰਦੇ ਕਿ ਜਿਹੜੇ ਤੁਹਾਡੇ ਪਾਰਟਨਰ ਦੇ ਚਿਲਡਰਨ, ਐਕਸ ਚਿਲਡਰਨ ਮੇਰੇ, ਉਹ ਇੱਥੇ ਸਾਡੇ ਕੋਲ ਆਉਂਦੇ ਨੇ, ਉਹਨਾਂ ਦੀਆਂ ਤੁਸੀਂ ਸਾਨੂੰ ਫੋਟੋਗ੍ਰਾਫ ਨਹੀਂ ਭੇਜਦੀਆਂ ਕਿ ਉਹ ਤੁਹਾਡੇ ਕੋਲ ਆ ਕੇ ਸਟੇਅ ਕਰਦੇ ਨੇ ਔਰ ਨਹੀਂ। ਇਸ ਬੇਸ ਤੇ ਉਹਨਾਂ ਨੇ ਫਿਰ ਰਿਫਿਊਜ਼ ਕਰਤਾ ਹੈ। ਤੇ ਕੀ ਮੈਨੂੰ ਹੁਣ ਅਪੀਲ ਲਈ ਜਾਣਾ ਚਾਹੀਦਾ ਹੈ ਜਾਂ ਅਪੀਲ ਦੀ ਫੀਸ ਕਿੰਨੀ ਹੈ ਤੁਸੀਂ ਮੈਨੂੰ ਦੱਸ ਦੋਗੇ? ਉਹਨਾਂ ਨੇ ਮੈਨੂੰ ਅਪੀਲ ਦਾ ਚਾਂਸ ਦਿੱਤਾ ਹੈ Tier 1। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਤੁਸੀਂ ਇਹ ਪੇਪਰ ਕਿਸੇ ਵਕੀਲ ਨੂੰ ਦੱਸ ਕੇ ਉਹਨਾਂ ਤੋਂ ਐਡਵਾਈਸ ਲੈ ਲਿਓ। ਤੁਹਾਨੂੰ ਅਪੀਲ ਦਾ ਰਾਈਟ ਤਾਂ ਮਿਲ ਗਿਆ। ਅਗਰ ਅਪੀਲ ਕਰਨਾ ਚਾਹੋ, ਉਸਦੀ ਗੌਰਮੈਂਟ ਜਿਹੜੀ ਫੀ ਆ ਉਹ ਤੁਹਾਡੇ ਕੋਲ £800 ਚਾਰਜ ਕਰਨਗੇ ਸਿਰਫ ਅਪੀਲ ਕਰਨੇ ਦੀ। ਲੇਕਿਨ ਜਦੋਂ ਇਹ ਕੇਸ ਹੇਅਰਿੰਗ ਦੇ ਵਾਸਤੇ ਜਾਏਗਾ ਫਿਰ ਤੁਹਾਨੂੰ ਹੋਰ ਵੀ ਇਸ 'ਤੇ ਖਰਚਾ ਆਏਗਾ। ਲੇਕਿਨ ਤੁਸੀਂ ਵਕੀਲ ਨੂੰ ਪੇਪਰ ਦੱਸ ਕੇ ਵਿਖਾ ਕੇ ਉਹਨੇ ਤੋਂ ਐਡਵਾਈਸ ਲੈ ਲਿਓ ਕਿ ਤੁਸੀਂ ਨਿਊ ਐਪਲੀਕੇਸ਼ਨ ਕਰੋ ਜਾਂ ਕਿ ਤੁਸੀਂ ਅਪੀਲ ਕਰੋ। ਉਹ ਤੁਹਾਨੂੰ ਪੇਪਰ ਵੇਖ ਕੇ ਤਾਂ ਦੱਸੇਗਾ ਕਿ ਤੁਸੀਂ ਕੀ ਕਰ ਸਕਦੇ ਹੋ। ਲੇਕਿਨ ਅਪੀਲ ਕਰਨਾ ਚਾਹੋ, ਉਸਦੀ ਫੀ ਇਸ ਵੇਲੇ £800 ਗੌਰਮੈਂਟ ਤੁਹਾਡੇ ਕੋਲੋਂ ਚਾਰਜ ਕਰੇਗੀ, ਪਲੱਸ ਅਗਰ ਕੋਈ ਵਕੀਲ ਹਾਇਰ ਕਰੋਗੇ ਉਹ ਵੀ ਤੁਹਾਡੀ ਫੀ ਲਏਗਾ ਤੁਹਾਡੇ ਤੋਂ। ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ ਹੈਲੋ ਜੀ। ਹੈਲੋ ਮਲਿਕ ਸਾਹਿਬ ਜੀ, ਮੈਂ ਜੀ ਇਟਲੀ ਤੋਂ ਬੋਲਦਾ। ਮੈਂ ਇਟਲੀ ਦੇ ਯੂਰੋਪੀਅਨ ਸਿਟੀਜ਼ਨ ਆ ਮੇਰੇ ਕੋਲ ਜੀ। ਮੈਂ ਜੇ ਇੱਥੇ ਮੂਵ ਹੋਣਾ ਉਹਦੇ ਲਈ ਕੀ ਪ੍ਰੋਸੀਜਰ ਹੈ ਜੀ? ਜਾਂ ਉਹ ਜਿਹੜਾ ਨੈਸ਼ਨਲ ਇੰਸ਼ੋਰੈਂਸ ਨੰਬਰ ਹੈ ਉਹ ਬਣ ਜਾਂਦਾ ਕਿ ਬੰਦ ਕੀਤੇ ਜਾਂ ਕੀ ਉਹਦਾ ਸਭ ਜੀ? ਤੁਹਾਡੀ ਕੱਲ ਦਾ ਸ਼ੁਕਰੀਆ। ਇਸ ਵੇਲੇ ਅਗਰ ਤੁਸੀਂ ਯੂਕੇ ਦੇ ਵਿੱਚ ਆ ਜਾਓ ਤੇ ਤੁਸੀਂ ਅੱਗੇ ਇੱਥੇ ਕੰਮ ਕਰਨੇ ਦੀ ਤੁਹਾਨੂੰ ਇਜਾਜ਼ਤ ਹੈ। ਅਗਰ ਕੰਮ ਕਰੋ ਤਾਂ ਤੁਹਾਨੂੰ ਇੱਥੇ ਨੈਸ਼ਨਲ ਇੰਸ਼ੋਰੈਂਸ ਨੰਬਰ ਵੀ ਇਸ਼ੂ ਹੋ ਜਾਏਗਾ ਤੇ ਤੁਹਾਨੂੰ ਇੱਕ ਰੈਜ਼ੀਡੈਂਟ ਪਰਮਿਟ ਹੈ ਉਹ ਵੀ ਤੁਹਾਨੂੰ ਇੱਥੇ ਰਹਿਣ ਦੀ ਪਰਮਿਸ਼ਨ ਮਿਲ ਜਾਊਗੀ। ਲੇਕਿਨ ਇਹ ਸਿਰਫ ਨੈਕਸਟ ਫਿਊ ਮੰਥ ਤੱਕ ਹੈ। ਜਦੋਂ ਯੂਕੇ ਯੂਰਪ ਤੋਂ ਵਿੱਚੋਂ ਨਿਕਲ ਗਿਆ ਉਸ ਤੋਂ ਬਾਅਦ ਤੁਹਾਡੇ ਤੋਂ ਪਾਸੀਬਲ ਨਹੀਂ ਰਹੇਗਾ। ਲੇਕਿਨ ਅਗਰ ਤੁਸੀਂ ਹੁਣ ਇਸ ਵੇਲੇ ਯੂਕੇ ਆ ਜਾਓ, ਇੱਥੇ ਆ ਕੇ ਕੰਮ ਕਰਨਾ ਸ਼ੁਰੂ ਕਰਦੇ ਹੋ, ਤੁਹਾਨੂੰ ਇੱਥੇ ਰੈਜ਼ੀਡੈਂਟ ਪਰਮਿਟ ਹੀ ਮਿਲ ਜਾਏਗਾ ਤੇ ਤੁਹਾਨੂੰ ਇੰਸ਼ੋਰੈਂਸ ਨੰਬਰ ਵੀ ਇਸ਼ੂ ਹੋ ਜਾਏਗਾ। ਕੱਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ ਹੈਲੋ ਜੀ। ਹੈਲੋ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਵਕੀਲ ਸਾਹਿਬ, ਪੁੱਛਣਾ ਜਿੱਦਾਂ ਮੈਂ ਯੂਰਪ ਤੋਂ ਆਇਆ ਤੇ ਮੇਰੀ ਮਦਰ ਇੱਥੇ ਮੈਂ ਸੱਦੀ ਆ। ਹੈਲੋ ਜੀ ਜੀ, ਹਾਂ ਤੁਸੀਂ ਗੱਲ ਕਰੋ। ਤੇ ਮੇਰੀ ਮਦਰ ਵੀ ਇੱਥੇ ਜਦੋਂ ਦੂਸਰੀ ਵਾਰੀ ਆਈ ਆ ਤੇ ਮੈਂ ਪੇਪਰ ਅਪਲਾਈ ਕੀਤੇ ਉਹਦੇ ਸਟੇ ਵਾਸਤੇ ਇੱਥੇ ਰਹਿਣ ਵਾਸਤੇ। ਠੀਕ ਹੈ। ਤੇ ਉਹਨੂੰ ਜਿੱਦਾਂ ਪਹਿਲਾਂ ਤੇ ਫਿੰਗਰਾਂ ਦੀ ਲੈਟਰ ਆ ਗਈ ਆ ਤੇ ਦੁਬਾਰਾ ਜਿੱਦਾਂ 6 ਮੰਥ ਦੀ ਆਉਂਦੀ ਸਟੇ ਵਾਸਤੇ ਲੈਟਰ, ਠੀਕ ਉਹ ਵੀ ਆ ਗਈ ਆ। ਤੇ ਜਿੱਦਾਂ ਹੁਣ ਉਹਨਾਂ ਨੂੰ ਵੀਜ਼ਾ ਲੱਗਣ ਦੇ ਚਾਂਸ ਹੈਗੇ ਕਿ ਨਹੀਂ? ਜੀ ਤੁਹਾਡੀ ਕੱਲ ਦਾ ਸ਼ੁਕਰੀਆ। ਹਾਂ, ਉਹਨਾਂ ਨੂੰ ਇੱਥੇ ਵੀਜ਼ਾ ਲੱਗ ਜਾਊਗਾ, ਕਿਉਂਕਿ ਜਿਹੜੇ ਬੰਦੇ ਯੂਰੋਪੀਅਨ ਸਿਟੀਜ਼ਨ ਯੂਕੇ ਦੇ ਵਿੱਚ ਰਹਿ ਰਹੇ ਨੇ, ਜਿਸ ਤਰ੍ਹਾਂ ਤੁਸੀਂ ਅੱਜ ਕੱਲ੍ਹ ਇੱਥੇ ਰਹਿ ਰਹੇ ਹੋ, ਅਗਰ ਤੁਹਾਡੀ ਮਾਤਾ ਜੀ ਇੱਥੇ ਯੂਕੇ ਆਏ ਨੇ, ਤੁਸੀਂ ਇੱਥੋਂ ਐਪਲੀਕੇਸ਼ਨ ਪਾਓ, ਉਹਨਾਂ ਨੂੰ ਤੁਹਾਨੂੰ ਸਟੇਅ ਲੱਭ ਜਾਏਗਾ। ਉਸ 'ਤੇ ਕਾਫੀ ਜ਼ਿਆਦਾ ਚਾਂਸਿਸ ਨੇ, ਅਗਰ ਉਹ ਤੁਹਾਡੇ 'ਤੇ ਡਿਪੈਂਡ ਕਰ ਰਹੇ ਨੇ, ਉਹਨਾਂ ਦਾ ਤੁਸੀਂ ਖਰਚਾ ਟੋਲ ਰਹੇ ਸੀ ਹੋ, ਫਿਰ ਉਹਨਾਂ ਦਾ ਇੱਥੋਂ ਸਟੇਅ ਹੋ ਜਾਏਗਾ। ਜਦੋਂ ਯੂਕੇ ਵਿੱਚ ਇੱਥੋਂ ਐਪਲੀਕੇਸ਼ਨ ਕਰਕੇ ਸਟੇਟਸ ਚੇਂਜ ਕਰ ਸਕਦੇ ਨੇ, ਤੁਹਾਡੇ ਬਾਇਓਮੈਟ੍ਰਿਕਸ ਹੋ ਗਏ ਨੇ, ਲੇਕਿਨ ਤੁਹਾਡੇ ਕੇਸ ਦਾ ਫੈਸਲਾ ਹੁੰਦੇ 4-5 ਮਹੀਨੇ ਹੋਰ ਲੱਗ ਜਾਣਗੇ, ਤਾਂ ਜਸਟ ਵੇਟ ਕਰੋ ਤੇ ਚਾਂਸਿਸ ਨੇ ਕਿ ਉਹਨਾਂ ਦਾ ਇੱਥੇ ਸਟੇਅ ਲੱਗ ਜਾਏਗਾ। ਕੱਲ ਦਾ ਸ਼ੁਕਰੀਆ, ਵਧੀਆ। ਅਗਲੇ ਕਾਲਰ ਵਾਲ ਜੀ। ਹਾਂਜੀ, ਕੀ ਹਾਲ ਚਾਲ ਹੈ ਜੀ? ਜੀ ਠੀਕ। ਹਾਂਜੀ, ਮੇਰੇ ਫਾਦਰ ਸਾਹਿਬ EU ਸਿਟੀਜ਼ਨ ਨੇ ਤੇ ਮੈਂ ਉਹਨਾਂ ਤੇ ਡਿਪੈਂਡੈਂਟ ਆਇਆ ਸੀ। ਤੇ ਹੁਣ ਮੈਂ ਇੱਥੇ ਦਾ ਰੈਜ਼ੀਡੈਂਸ ਕਾਰਡ ਅਪਲਾਈ ਕੀਤਾ ਹੋਇਆ ਤੇ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਤੇ ਉਹਨਾਂ ਨੇ ਹੁਣ ਅਪੀਲ ਲਈ ਲੈਟਰ ਭੇਜਿਆ ਹੋਇਆ। ਜੇ ਮੈਂ ਅਪੀਲ ਕਰਾਂ 14 ਦਿਨਾਂ ਦੇ ਵਿੱਚ ਅਪੀਲ ਲਈ ਭੇਜਿਆ ਹੋਇਆ। ਜੇ ਮੈਂ ਅਪੀਲ ਕਰਾਂ ਤੇ ਉਹ ਤੁਸੀਂ ਦੱਸ ਸਕਦੇ ਟਾਈਮ ਕਿੰਨਾ ਕੁ ਲੱਗ ਸਕਦਾ? ਉਹਨੇ ਰਿਫਿਊਜ਼ ਕਿਉਂ ਕੀਤਾ ਹੈ?
ਉਹਨਾਂ ਨੇ ਕਿਹਾ ਵੀ ਸਾਨੂੰ ਲੱਗਦਾ ਨਹੀਂ ਤੁਸੀਂ ਇੰਡੀਪੈਂਡੈਂਟ ਆ, ਤੁਸੀਂ ਇੰਡੀਪੈਂਡੈਂਟ ਆ ਕਿਉਂਕਿ ਤੁਸੀਂ ਨੈਸ਼ਨਲ ਇੰਸ਼ੋਰੈਂਸ ਨੰਬਰ ਲਿਆ ਹੋਇਆ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਤੁਸੀਂ ਹੁਣ ਅਪੀਲ ਕਰ ਸਕਦੇ ਹੋ, ਅੱਗੇ ਅਪੀਲ ਦੇ ਵਿੱਚ ਤਕਰੀਬਨ 8-9 ਮਹੀਨੇ ਲੱਗ ਜਾਣਗੇ, ਫਿਰ ਇਹ ਜੱਜ ਦੇ ਕੋਲ ਜਾਏਗਾ ਤੇ ਉਹ ਫਿਰ ਇਸਦਾ ਫੈਸਲਾ ਕਰੇਗਾ। ਉਹ ਬੱਚੇ ਜਿਹੜੇ ਕਿ ਆਪਣੇ ਪੇਰੈਂਟਸ ਤੋਂ ਤੇ ਡਿਪੈਂਡ ਕਰ ਰਹੇ ਨੇ, ਯਾਨੀ ਫੁੱਲ ਟਾਈਮ ਕੋਈ ਕੰਮ ਨਹੀਂ ਕਰ ਰਹੇ ਨੇ, ਜਾਂ ਜਿਹਨਾਂ ਦਾ ਵਿਆਹ ਨਹੀਂ ਹੋਇਆ, ਅਗਰ ਉਹ ਉਹਨਾਂ ਦੇ ਪੇਰੈਂਟਸ ਉਹਨਾਂ ਦਾ ਖਰਚਾ ਤੋੜ ਰਹੇ ਨੇ, ਫਿਰ ਉਹ ਇੱਥੇ ਰਹਿ ਸਕਦੇ ਨੇ। ਤਾਂ ਬਹਰਹਾਲ ਤੁਹਾਡੇ ਵਾਸਤੇ ਜ਼ਿਆਦਾ ਬਿਹਤਰ ਹੈ ਕਿ ਜਿੰਨਾ ਜਲਦੀ ਹੋ ਸਕੇ ਇਸ ਦੇ ਵਿੱਚ ਅਪੀਲ ਕਰ ਦਿਓ। ਤੁਹਾਡੀ ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ, ਜੀ ਤੁਸੀਂ ਗੱਲ ਕਰੋ ਜੀ। ਜੀ ਜੀ ਸਰ ਜੀ, ਮੈਂ ਪਤਾ ਕਰਨਾ ਸੀ ਕਿ ਮੇਰੀ ਸ਼ਾਦੀ ਜੋ 2 ਸਾਲ ਹੋ ਗਏ ਨੇ ਵਾਈਫ ਤੋਂ ਸੈਪਰੇਟ ਹੋਣਾ, ਲੇਕਿਨ ਡਿਵੋਰਸ ਨਹੀਂ ਹੋਇਆ। ਇਸ ਕਾਨੂੰਨ ਦੇ ਮੁਤਾਬਿਕ ਉਹ ਡਿਵੋਰਸ ਹੋ ਜਾਣਾ ਹੈ, 2 ਸਾਲ ਵਿੱਚ ਹੀ ਮੈਨੂੰ ਅਪਲਾਈ ਕਰਨਾ ਪੈਣਾ ਕੇਸ ਸਿਸਟਮ ਹੈ। ਤਾਂ ਤੁਹਾਡੇ ਇਮੀਗ੍ਰੇਸ਼ਨ ਦਾ ਕੀ ਸਟੇਟਸ ਹੈ? ਠੀਕ ਹੈ ਜੀ, ਮੇਰੀ ਇੱਥੇ ਸਟੇ ਹੋਈ ਹੈ। ਪੱਕੀ ਸਟੇ ਹੋ ਗਈ ਹੈ? ਹਾਂਜੀ ਸਟੇ ਹੋਈ ਹੈ, ਕਿਉਂਕਿ ਮੈਨੂੰ ਇੱਥੇ 12 ਸਾਲ ਹੋ ਗਏ ਨੇ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਇਸ ਤਰ੍ਹਾਂ ਤੁਹਾਨੂੰ ਆਟੋਮੈਟਿਕਲੀ ਡਿਵੋਰਸ ਨਹੀਂ ਹੁੰਦੀ ਹੈ, ਤੁਹਾਨੂੰ ਕੋਰਟ ਵਿੱਚ ਅਪਲਾਈ ਕਰਨਾ ਪਏਗਾ ਡਿਵੋਰਸ ਦੇ ਵਾਸਤੇ। ਤੁਸੀਂ ਕਾਉਂਟੀ ਕੋਰਟ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਜਾਂ ਹਾਈ ਕੋਰਟ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਕੋਰਟ ਦੇ ਵਿੱਚ ਅਪਲਾਈ ਕਰਨਾ ਪਏਗਾ, ਫਿਰ ਕੋਰਟ ਜਿਹੜੀ ਹੈ ਉਹ ਤੁਹਾਨੂੰ ਡਿਵੋਰਸ ਦੇਗੀ। ਤੁਹਾਨੂੰ ਬਾਰੇ ਐਪਲੀਕੇਸ਼ਨ ਕਰਨੀ ਪੈਣੀ, ਆਟੋਮੈਟਿਕਲੀ ਕੋਈ ਡਿਵੋਰਸ ਨਹੀਂ ਹੁੰਦੀ ਹੈ। ਕੱਲ੍ਹ ਦਾ ਸ਼ੁਕਰੀਆ, ਵਧਦੇ ਹਾਂ ਅਗਲੇ ਕਾਲਰ ਵਾਲ ਜੀ। ਜੀ ਕੱਲ ਕਰੋ ਜੀ, ਜੀ ਤੁਸੀਂ ਗੱਲ ਕਰੋ ਜੀ। ਭਾਜੀ ਲਾਈਵ ਐਕਚੁਅਲੀ ਮੈਂ ਉਹਨਾਂ ਦੇ ਐਡਮਿਨਿਸਟ੍ਰੇਟਰ ਨਾਲ ਗੱਲ ਕਰਨੀ ਹੈ। ਵੀ ਵਰ ਵਾਚਿੰਗ। ਜੀ ਬਿਲਕੁਲ ਗੱਲ ਕਰੋ ਜੀ, ਤੁਸੀਂ ਆਨ ਏਅਰ ਹੋ, ਗੱਲ ਕਰੋ, ਤੁਹਾਡਾ ਨੰਬਰ ਆ ਗਿਆ। ਨਹੀਂ ਭਾਜੀ, ਮੈਂ ਉਹ ਮਲਿਕ ਨਾਲ ਨਹੀਂ ਗੱਲ ਕਰਨੀ, ਜਸਟ ਰਿਗਾਰਡਿੰਗ ਕਿ ਉਹ ਲਾਈਵ ਆ ਰਿਹਾ ਸੀ ਮੋਗੇ ਤੋਂ ਤੇ ਉਹ ਨਹੀਂ ਆਉਂਦਾ ਪਿਆ। ਮੈਂ ਅੱਛਾ, ਤੁਸੀਂ ਫਿਰ ਮੇਰੇ ਖਿਆਲ ਵਿੱਚ ਹੋਲਡ ਰੱਖੋ, ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਤਾਂ ਲਾਈਵ ਸ਼ੋਅ ਕਰ ਰਹੇ ਹਾਂ, ਤੁਹਾਨੂੰ ਸ਼ਾਇਦ ਦੂਸਰੇ ਨੰਬਰ ਤੇ ਫੋਨ ਕਰਨਾ ਪੈਣਾ ਹੈ, ਲੇਕਿਨ ਵੇਖੋ ਸ਼ਾਇਦ ਸਟੂਡੀਓ ਵਾਲੇ ਤੁਹਾਡੀ ਕਾਲ ਲੈ ਲੈਣ। ਵਧੀਆ, ਨੈਕਸਟ ਕਾਲਰ ਵਾਲ ਜੀ, ਜੀ ਕਾਲ ਕਰੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਪੁੱਛਣਾ ਹੈ, ਜਿੱਦਾਂ ਅਸੀਂ ਯੂਰਪ ਤੋਂ ਆਏ ਹਾਂ, ਠੀਕ ਹੈ, ਤੇ ਜਿਹੜੇ ਯੂਰਪ ਤੋਂ ਆਏ ਇਹ 5 ਸਾਲ ਹੋਇਆ ਨੂੰ ਹੋਣਗੇ, ਤੇ ਫੇਰ ਜਿੱਦਾਂ ਇੱਥੇ ਰਹਿ ਸਕਦੇ ਕਿ ਜਾਂ ਜੇ ਥੋੜਾ ਟਾਈਮ ਹੋਇਆ ਤਾਂ ਵੀ ਰਹਿ ਸਕਦੇ? ਜੀ ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਅਗਰ ਥੋੜਾ ਟਾਈਮ ਹੀ ਹੋਇਆ, ਅਗਰ ਕੋਈ ਬੰਦਾ ਆਏ 2 ਮਹੀਨੇ ਵੀ ਹੋ ਗਏ ਪਹਿਲੇ ਉਹ ਇੱਥੋਂ ਅਪਲਾਈ ਕਰੇ, ਤੇ ਇੱਥੇ 5 ਸਾਲ ਅਗਰ ਰਹਿ ਕੇ ਕੰਮ ਕਰਨ, ਫਿਰ ਉਹ ਪੱਕੇ ਸਟੇ ਦੇ ਵਾਸਤੇ ਐਪਲੀਕੇਸ਼ਨ ਕਰ ਸਕਦੇ ਨੇ। ਲੇਕਿਨ ਅਗਰ ਕੋਈ ਆਲਰੇਡੀ ਯੂਕੇ ਦੇ ਵਿੱਚੋਂ ਯੂਕੇ ਆਇਆ, ਯੂਰਪ ਚੋਂ ਯੂਕੇ ਆਇਆ, ਅਗਰ ਯੂਕੇ ਦੇ ਵਿੱਚ 5 ਸਾਲ ਕੰਮ ਕੀਤਾ, ਉਹ ਇਸ ਲਈ ਵੀ ਪੱਕੇ ਸਟੇ ਦੇ ਵਾਸਤੇ ਐਪਲੀਕੇਸ਼ਨ ਪਾ ਸਕਦਾ। ਲੇਕਿਨ ਉਹ ਲੋਕ ਜਿਹੜੇ ਇੱਕ ਰੈਜ਼ੀਡੈਂਟ ਪਰਮਿਟ ਲੈ ਲੈਣ, ਉਹਨਾਂ ਦੇ ਵਾਸਤੇ ਸ਼ੋਰ ਹੈ ਕਿ ਉਹਨਾਂ ਨੂੰ ਵਾਪਸ ਨਹੀਂ ਭੇਜਣਗੇ, ਬਲਕਿ ਉਹਨਾਂ ਨੂੰ ਲੌਂਗ ਅੱਗੇ ਚੱਲ ਕੇ ਇੱਥੇ ਰਹਿਣ ਦੀ ਪਰਮਿਸ਼ਨ ਮਿਲ ਜਾਏਗੀ। ਕੱਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ, ਜੀ ਗੱਲ ਕਰੋ ਜੀ। ਜੀ ਹੈਲੋ ਜੀ, ਤੁਸੀਂ ਗੱਲ ਕਰੋ ਜੀ। ਜੀ ਭਾਜੀ ਮੈਂ ਇੰਗਲਿਸ਼ ਤੋਂ ਬੋਲਦਾ। ਅੱਛਾ, ਜੀ ਤੁਸੀਂ ਗੱਲ ਕਰੋ ਜੀ। ਹਾਂਜੀ, ਤੁਹਾਡੇ ਕੋਲ ਪਾਸਪੋਰਟ ਕਿਹੜਾ, ਇਟਾਲੀਅਨ ਪਾਸਪੋਰਟ ਹੈ? ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਤੁਸੀਂ ਯੂਕੇ ਨਹੀਂ ਆ ਸਕਦੇ ਹੋ। ਉਹ ਲੋਕ ਜਿਨ੍ਹਾਂ ਦੇ ਕੋਲ ਇਟਾਲੀਅਨ ਜਾਂ ਯੂਰਪੀਅਨ ਪਾਸਪੋਰਟ ਨੇ, ਉਹ ਅਗਰ ਯੂਕੇ ਆਣ, ਉਹ ਯੂਕੇ ਆ ਕੇ ਇੱਥੇ ਰਹਿ ਸਕਦੇ ਨੇ। ਲੇਕਿਨ ਤੁਹਾਡੇ ਕੋਲ ਅਗਰ ਰੈਜ਼ੀਡੈਂਟ ਪਰਮਿਟ ਤਾਂ ਉਸ ਤੋਂ ਤੁਹਾਨੂੰ ਯੂਕੇ ਆਉਣ ਦੀ ਜਾਂ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੋਏਗੀ। ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ। ਹੈਲੋ ਜੀ। ਜੀ ਅਪੀਲ ਹੋ ਗਈ ਤੇ ਉਹ ਜਿੱਤ ਲਈ ਅਸੀਂ, ਜਿਦਾਂ ਉਹਨਾਂ ਨੇ ਸਾਨੂੰ ਅਲਾਓ ਕਰਤੀ ਅਪੀਲ, 1 ਵੀਕ ਹੋ ਗਿਆ, ਤਾਂ ਹੁਣ ਕਿੰਨਾ ਟਾਈਮ ਜਿੱਦਾਂ ਲੱਗ ਜਾਂਦਾ ਬੀਬੀ ਜਾਣ ਚ? ਥੈਂਕ ਯੂ ਜੀ। ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਅਗਰ ਤੁਹਾਡੀ ਅਪੀਲ ਜੱਜ ਕੋਰਟ ਦੇ ਵਿੱਚ ਅਲਾਓ ਕਰ ਦਿੱਤੀ, ਬਾਅਦ ਕਰ ਤੋਂ ਕੋਰਟ ਦੇ ਵਿੱਚ ਵੀ ਅਲਾਓ ਕਰ ਦਿੰਦੇ ਨੇ, ਤੁਹਾਨੂੰ ਡਿਸੀਜਨ ਜਿਹੜਾ ਉਹ ਕੋਈ 2-4 ਵੀਕ ਦੇ ਜਾਂ 5 ਵੀਕ ਦੇ ਅੰਦਰ ਆ ਜਾਏਗਾ। ਇਹ ਹੁਣ ਜੱਜ ਤੱਕ ਉਹ ਤੁਹਾਡਾ ਕਦੋਂ ਫੈਸਲਾ ਲਿਖੇਗਾ, ਉਸ ਤੋਂ ਬਾਅਦ ਤੁਹਾਡੇ ਉਸ ਦੀ ਕਾਪੀ ਭੇਜੇਗਾ। ਆਮ ਤੌਰ ਪਰ 3-4 ਵੀਕਾਂ ਦੇ ਵਿੱਚ ਤੁਹਾਨੂੰ ਡਿਸੀਜਨ ਆ ਜਾਂਦਾ ਹੈ। ਲੇਕਿਨ ਜਦੋਂ ਡਿਸੀਜਨ ਆ ਜਾਏਗਾ, ਉਸ ਤੋਂ ਬਾਅਦ ਹੋਮਾਸਲ ਅਗਰ ਚਾਹੁਣ ਇਸ ਫੈਸਲੇ ਦੇ ਖਿਲਾਫ ਅੱਗੇ ਅਪੀਲ ਕਰ ਸਕਦੇ ਨੇ। ਲੇਕਿਨ ਤੁਸੀਂ ਜਸਟ ਵੇਟ ਕਰੋ, ਜਦੋਂ ਡਿਸੀਜਨ ਆ ਜਾਏ ਉਸ ਤੋਂ ਬਾਅਦ ਵੇਟ ਕਰੋ ਕਿ ਹੋਮਾਸਲ ਅੱਗੇ ਅਪੀਲ ਕਰਦੇ ਨੇ ਕਿ ਨਹੀਂ ਕਰਦੇ ਨੇ, ਫਿਰ ਤੁਹਾਨੂੰ ਪਤਾ ਚੱਲੇਗਾ। ਕੱਲ੍ਹ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ। ਹੈਲੋ ਜੀ। ਹਾਂਜੀ ਜੀ, ਹਾਂਜੀ, ਆਪਣਾ ਸਰੋਤੇ ਬੋਲਦਾ ਜੀ, ਮੈਂ ਕੁਲਦੀਪ ਸਿੰਘ। ਜੀ ਤੁਸੀਂ ਗੱਲ ਕਰੋ ਜੀ। ਹਾਂਜੀ ਸਰ, ਮੇਰੇ ਲੜਕੇ ਦਾ ਜੀ 15 ਸਾਲ ਹੋ ਗਏ ਜੀ। ਅੱਛਾ, ਕੇਸ ਤੁਹਾਡੇ ਕੋਲ ਹੀ ਹੈ, ਜਿਹੜੇ ਆਪਣੇ ਤੁਹਾਡੇ ਬੇਟੇ ਨੇ। ਅੱਛਾ, ਸਾਊਥ ਹਾਲ ਹੈ ਜੀ। ਠੀਕ ਹੈ। ਹਾਂਜੀ, ਤੇ ਉਹ
ਪਿਛਲੇ ਰਿਵੀਜੀਅਸ ਸਮੈਸਟਰ ਨੇ ਕੋਈ ਗਲਤੀ ਕੀਤੀ ਜਦੋਂ ਕਿ ਐਮਨੈਸਟੀ ਨਿਕਲੀ ਸੀ, ਉਸਨੇ ਫੀਸ ਵੀ ਲਈ, ਸਾਰਾ ਕੁਛ ਅਪਲਾਈ ਕੀਤਾ, ਹਾਂਜੀ, ਤੇ ਹੁਣ ਆਪਣਾ ਵੇਟ ਕਰਨੀ ਹੈ ਜੀ ਕਿੱਦਾਂ? ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਅਸਲ ਵਿੱਚ ਉਹ ਲੋਕ ਜਿਹਨੇ 2006 ਤੋਂ ਪਹਿਲੇ ਕੋਈ ਕੇਸ ਅਪਲਾਈ ਕੀਤਾ ਸੀ, 2006 ਦੇ ਵਿੱਚ ਇੱਕ ਐਮਨੈਸਟੀ ਨਿਕਲ ਆਈ ਸੀ ਜਿਸ ਦੇ ਵਿੱਚ ਉਹਨੇ ਸਾਰੇ ਲੋਕਾਂ ਨੂੰ ਸਟੇ ਮਿਲ ਗਿਆ ਸੀ ਜਿਹਨਾਂ ਦੀਆਂ ਐਪਲੀਕੇਸ਼ਨਾਂ ਪੈਂਡਿੰਗ ਸਨ। ਉਹ ਜਿਹੜੀ ਸਕੀਮ ਹੈ ਸੀ ਉਹ ਤਕਰੀਬਨ 2006 ਤੋਂ ਲੈ ਕੇ 2009 ਤੱਕ ਰਹੀ ਹੈ। ਉਹਨੇ ਤਿੰਨ ਸਾਲਾਂ ਦੇ ਦੌਰਾਨ ਜਿਸ ਵੀ ਕਿਸੇ ਐਪਲੀਕੇਸ਼ਨ ਕੀਤੀ ਉਹਨਾਂ ਨੂੰ ਸਟੇ ਲੱਭ ਗਿਆ, ਲੇਕਿਨ 2009 ਦੇ ਵਿੱਚ ਉਹਨੇ ਦਫ਼ਤਰ ਬੰਦ ਕਰ ਦਿੱਤੇ। ਉਸ ਤੋਂ ਬਾਅਦ ਅਗਰ ਕੋਈ ਬੇਸਿਕਲੀ ਐਪਲੀਕੇਸ਼ਨ ਕਰੇ ਉਸ ਦੇ ਵਿੱਚ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ ਕਿ ਉਹਨੂੰ ਸਟੇ ਮਿਲਿਆ, ਲੇਕਿਨ ਮਿਲ ਵੀ ਜਾਂਦਾ ਹੈ ਤਾਂ ਬਰ ਲੱਗ ਤੁਹਾਡਾ ਕੇਸ ਚੱਲ ਰਿਹਾ ਤਾਂ ਤੁਸੀਂ ਜਸ ਵੇਟ ਕਰੋ, ਲੇਕਿਨ ਅਗਰ ਚਾਹੋ ਤਾਂ ਆਫਿਸ ਨੂੰ ਕੰਟੈਕਟ ਕਰਵਾ ਕੇ ਆਪਣਾ ਰਿਮਾਈਂਡਰ ਵੀ ਭਿਜਵਾ ਸਕਦੇ ਹੋ। ਤੁਹਾਨੂੰ ਤੁਹਾਡੀ ਗੱਲ ਦਾ ਸ਼ੁਕਰੀਆ। ਵਧੀਆ ਨੈਕਸਟ ਕਾਲਰ ਵਾਲ ਜੀ, ਜੀ ਤੁਸੀਂ ਗੱਲ ਕਰੋ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਯਾਰ ਮੈਂ ਪੁੱਛ ਰਿਹਾ ਸੀ ਜਦੋਂ 7 ਜੇਅਰ ਦੇ ਵੇਸ ਤੇ ਜਿੱਦਾਂ ਬੱਚਾ ਦੇ ਵੇਸ ਤੇ ਕੇਸ ਲਾਇਆ ਆ, ਠੀਕ ਹੈ, ਤੇ ਜਿੱਦਾਂ ਸਾਡੇ ਫਿੰਗਰਪ੍ਰਿੰਟ ਹੋਇਆ ਨੂੰ ਜਦੋਂ ਸਪਟੰਬਰ ਮਹੀਨੇ ਦੇ ਹੋਏ ਆ, ਤੇ ਕਿੰਨਾ ਕੁ ਟਾਈਮ ਲੈਂਦੇ ਆ ਜਵਾਬ ਦੇਣ ਲਈ? ਐਪਲੀਕੇਸ਼ਨ ਕਦੋਂ ਕੀਤੀ ਸੀ? ਮਾਰਚ ਚ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਐਨੀ ਟਾਈਮ ਹੁਣ ਇਸ ਦਾ ਡਿਸੀਜਨ ਆ ਜਾਣਾ ਚਾਹੀਦਾ, ਕਿਉਂਕਿ ਜਦੋਂ ਬਾਇਓਮੈਟ੍ਰਿਕਸ ਹੋ ਜਾਣ ਉਸ ਤੋਂ ਬਾਅਦ ਐਨੀ ਟਾਈਮ ਫੈਸਲਾ ਆ ਜਾਣਾ ਚਾਹੀਦਾ। ਅਗਰ ਮਾਰਚ ਵਿੱਚ ਐਪਲੀਕੇਸ਼ਨ ਕੀਤੀ ਸੀ ਇਸ ਦਾ ਮਤਲਬ ਹੈ ਕਿ ਤੁਹਾਡਾ ਨੰਬਰ ਹੁਣ ਐਨੀ ਟਾਈਮ ਆਉਣੇ ਵਾਲਾ ਹੋ ਸਕਦਾ ਕਿ ਨੈਕਸਟ ਫਿਊ ਵੀਕ ਦੇ ਵਿੱਚ ਤੁਹਾਡੇ ਕੇਸ ਦਾ ਫੈਸਲਾ ਕਰ ਜਾਣ। ਜਸਟ ਤੁਸੀਂ ਵੇਟ ਕਰੋ। ਕਾਲ ਦਾ ਸ਼ੁਕਰੀਆ। ਵਧਦੇ ਹਾਂ ਨੈਕਸਟ ਕਾਲਰ ਵੱਲ। ਜੀ ਜੀ ਤੁਸੀਂ ਗੱਲ ਕਰੋ ਜੀ। ਹਾਂਜੀ, ਗੱਲ ਕਰੋ ਜੀ। ਹੈਲੋ ਜੀ, ਜੀ ਤੁਸੀਂ ਗੱਲ ਕਰੋ ਜੀ। ਓ ਯੈਸ, ਹੈਲੋ ਜੀ। ਹਾਂਜੀ, ਐਕਚੁਲੀ ਮੈਂ ਪਹਿਲਾਂ ਫੋਨ ਕੀਤਾ ਸੀ ਅਪੀਲ, ਅਸੀਂ ਜੈਸ ਲਈ ਅਪੀਲ ਆ ਵੀ ਜਿੱਦਾਂ ਸਾਡੀ ਬੱਚਿਆਂ ਦੇ ਵਿੱਚ ਬੱਚੇ 8 ਸਾਲ ਦੇ ਆ, ਅਸੀਂ ਜੈਸ ਲਈ ਉਹਨਾਂ ਸਾਡੇ ਫੇਵਰ ਵਿੱਚ ਅਪੀਲ ਕਰ ਲਈ। ਪੁੱਛਣਾ ਕਿ ਹੋਮ ਆਫਿਸ ਬਾਰੇ 8 ਸਾਲ ਤੋਂ ਬਾਅਦ ਵੀ ਡਿਸੀਜਨ ਆਪਣਾ ਚੇਂਜ ਕਰ ਸਕਦੇ ਆ? ਥੈਂਕ ਯੂ ਜੀ। ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਉਹ ਡਿਸੀਜਨ ਨਹੀਂ ਚੇਂਜ ਕਰ ਸਕਦੇ ਨੇ, ਲੇਕਿਨ ਹੁਣ ਇਹ ਹੋਏਗਾ ਕਿ ਤੁਹਾਡੇ ਹੱਕ ਜੱਜ ਫੈਸਲਾ ਕੀਤਾ, ਇਮੀਗ੍ਰੇਸ਼ਨ ਨੇ ਤੁਹਾਨੂੰ ਨਾ ਕਰ ਦਿੱਤਾ ਸੀ, ਤੁਸੀਂ ਜੱਜ ਕੋਲ ਗਏ ਜਿਹੜਾ ਕਿ ਇਮੀਗ੍ਰੇਸ਼ਨ ਤੋਂ ਉੱਤੇ ਹੈ, ਉਸ ਤੁਹਾਡੇ ਹੱਕ 'ਚ ਫੈਸਲਾ ਕਰ ਦਿੱਤਾ। ਹੁਣ ਹੋਮ ਆਫਿਸ ਦੇ ਕੋਲ ਦੋ ਆਪਸ਼ਨ ਨੇ, ਜਾਂ ਤਾਂ ਫੈਸਲਾ ਮੰਨ ਲੈਣਗੇ ਤਾਂ ਤੁਹਾਨੂੰ ਸਟੇ ਲਾ ਕੇ ਦੇ ਦੇਣਗੇ, ਜਾਂ ਉਹ ਇਹ ਕਹਿ ਸਕਦੇ ਨੇ ਕਿ ਜੀ ਜੱਜ ਗਲਤ ਫੈਸਲਾ ਕੀਤਾ, ਇਸ ਨੂੰ ਅੱਗੇ ਇੱਕ ਹੋਰ ਅਪੀਲ ਦੇ ਵਿੱਚ ਲੈ ਜਾ ਸਕਦੇ ਹਾਂ। ਹੋਮ ਆਫਿਸ ਲਈ ਅੱਗੇ ਵੀ ਅਪੀਲ ਕਰ ਸਕਦੇ ਨੇ। ਤੁਹਾਡਾ ਜਦੋਂ ਡਿਸੀਜਨ ਆ ਜਾਏ ਉਸ ਤੋਂ ਬਾਅਦ ਤੁਸੀਂ ਵੇਟ ਕਰੋ, ਵੇਖੋ ਕਿ ਜੱਜ ਦੇ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਸਟੇ ਦਿੰਦੇ ਨੇ ਜਾਂ ਕਿ ਤੁਹਾਡੇ ਖਿਲਾਫ ਅੱਗੇ ਅਪੀਲ ਕਰਦੇ ਨੇ। ਤੁਸੀਂ ਤੁਹਾਨੂੰ ਨੈਕਸਟ ਫਿਊ ਵੀਕ ਦੇ ਵਿੱਚ ਪਤਾ ਚੱਲ ਜਾਊਗਾ। ਕਾਲ ਦਾ ਸ਼ੁਕਰੀਆ। ਵਧਿਆ ਅਗਲੇ ਕਾਲਰ ਵੱਲ। ਜੀ ਹੈਲੋ, ਹਾਂਜੀ ਸਰ, ਮੈਂ ਮਲਿਕ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਜੀ। ਜੀ ਬਿਲਕੁਲ, ਤੁਸੀਂ ਆਉਂਦੇ ਰਹੋ, ਗੱਲ ਕਰੋ ਜੀ। ਓਕੇ ਸਰ, ਮੈਂ ਮੇਰਾ ਬੇਟਾ ਇੱਥੇ 5 ਸਾਲ ਦਾ ਹੋ ਗਿਆ ਆ, ਤੇ ਮੈਂ ਉਹਦਾ ਇੰਡੀਅਨ ਪਾਸਪੋਰਟ ਨਾਲ ਰਜਿਸਟਰਡ ਕਰਾਇਆ ਸੀਗਾ ਤੇ ਨਾਲ ਮੈਂ ਅਪਲਾਈ ਕੀਤਾ ਆ, ਤੇ ਕੀ ਮੈਂ ਉਹਨਾਂ ਮਤਲਬ ਨੈਸ਼ਨੈਲਿਟੀ ਵਾਸਤੇ ਉਹਦੀ ਅਪਲਾਈ ਕਰ ਸਕਦਾ ਇੱਥੇ? ਤੁਹਾਡੇ ਆਪਣੀ ਕੋਲ ਕਿਹੜੀ ਨੈਸ਼ਨੈਲਿਟੀ ਹੈ ਤੁਹਾਡੇ ਕੋਲ? ਮੈਥੋਂ ਇੰਡੀਅਨ ਹੈ ਜੀ। ਤੁਹਾਡੇ ਕੋਲ ਪੱਕਾ ਸਟੇ ਹੈ? ਨਹੀਂ, ਇਸ ਟਾਈਮ ਤਾਂ ਨਹੀਂਗਾ ਜੀ। ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਫਿਰ ਤੁਸੀਂ ਬੱਚੇ ਦੀ ਨੈਸ਼ਨੈਲਿਟੀ ਨਹੀਂ ਐਪਲੀਕੇਸ਼ਨ ਕਰ ਸਕਦੇ ਹੋ। ਨੈਸ਼ਨੈਲਿਟੀ ਤੁਸੀਂ ਤਾਂ ਅਪਲਾਈ ਕਰ ਸਕਦੇ ਹੋ ਕਿ ਜਦੋਂ ਜਾਂ ਤਾਂ ਤੁਹਾਡੇ ਕੋਲ ਬ੍ਰਿਟਿਸ਼ ਨੈਸ਼ਨੈਲਿਟੀ ਹੋਇਆ ਜਾਂ ਤੁਹਾਡੇ ਕੋਲ ਪਰਮਾਨੈਂਟ ਸਟੇ ਹੈ। ਅਗਰ ਤੁਹਾਡੇ ਕੋਲ ਪੱਕਾ ਸਟੇ ਵੀ ਨਹੀਂ ਹੈ, ਤੁਹਾਡੇ ਕੋਲ ਨੈਸ਼ਨੈਲਿਟੀ ਵੀ ਨਹੀਂ ਹੈ, ਫਿਰ ਬੱਚਾ ਨੈਸ਼ਨੈਲਿਟੀ ਐਪਲੀਕੇਸ਼ਨ ਨਹੀਂ ਪਾ ਸਕਦਾ, ਤਾਂ ਤੁਸੀਂ ਕਿਸੇ ਵਕੀਲ ਨੂੰ ਮਿਲ ਕੇ ਉਹਨੇ ਤੋਂ ਐਡਵਾਈਸ ਲੈ ਰਹੇ ਹੋ ਕਿ ਤੁਸੀਂ ਬੱਚੇ ਦਾ ਅੱਗੇ ਕੇਅਰ ਕਰ ਸਕਦੇ ਹੋ। ਕੱਲ੍ਹ ਦਾ ਸ਼ੁਕਰੀਆ। ਵਧਦੇ ਹਾਂ ਨੈਕਸਟ ਕਾਲਰ ਵੱਲ। ਜੀ ਹੈਲੋ ਜੀ, ਮੈਂ ਆਪਣੇ ਹਸਬੈਂਡ ਦੀ ਪਰਮਿਟ ਪਾਉਣੀ ਆ, ਪਾਉਣੀ ਤਾਂ ਮੁੰਡੇ ਵੱਲੋਂ ਆ, ਮੈਂ ਤਾਂ ਬਹੁਤ ਚਿਰਾਂ ਦੀ ਇੱਥੇ ਰਹਿੰਦੀ ਆ। ਠੀਕ ਹੈ, ਤੇ ਤਾਂ ਅੱਗੇ ਦੋ ਸਾਲ ਹੋ ਗਿਆ, 2 ਸਾਲਾਂ ਤੋਂ ਪਹਿਲਾਂ ਪਾਈ ਸੀਗੀ, ਉਦੋਂ ਉਹਨੇ ਉਦੋਂ ਜਵਾਬ ਦੇ ਦਿੱਤਾ ਸੀ, ਉਦਾਂ 2 ਵਾਰੀ ਅੱਗੇ ਫਿਰ ਵੀ ਗਏ ਉਹ ਇੱਥੇ। ਠੀਕ ਹੈ, ਹਾਂਜੀ, ਤਾਂ ਫੇਰ ਕੋਈ ਹੋਰ ਵੀ ਪੇਪਰ ਪੂਪਰ ਨਾਲ ਅਸੀਂ ਲੈ ਸਕਦੇ ਹਾਂ ਇੱਥੋਂ? ਤੁਹਾਡੇ ਹਸਬੈਂਡ ਦੀ ਏਜ ਕਿਤਨੀ ਹੈ? ਏਜ ਉਹ 69 ਵਾ। ਯੂਕੇ ਦੇ ਵਿੱਚ ਕਦੇ ਨਹੀਂ ਆਏ ਪਹਿਲੇ? ਪਹਿਲੇ 2 ਵਾਰੀ ਫਿਰ ਗਏ ਆ ਇੱਥੇ, ਤਾਂ 2 ਸਾਲ ਦਾ ਕੈਨੇਡਾ ਦਾ ਵੀਜ਼ਾ ਵੀ ਲੱਗਾ ਸੀ, ਹੁਣ ਕੈਨੇਡਾ ਚੋਂ ਵਾਪਸ ਮੁੜ ਕੇ ਆਏ ਆ। ਠੀਕ ਹੈ ਜੀ, ਤੁਹਾਡੀ ਕੱਲ੍ਹ ਦੱਸੋ ਕਿ ਹਾਂ, ਅਗਰ ਤੁਹਾਡੇ ਤੁਸੀਂ ਖੁਦ ਤਾਂ ਨਹੀਂ ਜ਼ਾਹਿਰ ਐਪਲੀਕੇਸ਼ਨ ਪਾ ਸਕਦੇ ਹੋ ਕਿਉਂਕਿ ਤੁਸੀਂ ਕੰਮ ਨਹੀਂ ਕਰ ਰਹੇ ਉਹਨੇ, ਤਾਂ ਲੇਕਿਨ ਅਗਰ ਤੁਹਾਡਾ ਇੱਥੇ ਬੇਟਾ ਹੈ ਜਿਹੜਾ ਕਿ ਇੱਥੇ ਕੰਮ ਕਰ ਰਿਹਾ, ਉਹ ਅਗਰ ਉਹਨਾਂ ਨੂੰ ਰਾਹਦਾਰੀ ਪਾ ਕੇ ਬੁਲਵਾਉਣਾ ਚਾਹੇ, ਉਹ ਉਹਨਾਂ ਨੂੰ ਸਪਾਂਸਰ ਕਰ ਸਕਦਾ ਹੈ। ਅਗਰ ਤੋ ਕੈਨੇਡਾ ਵਿੱਚ ਰਹਿ ਰਹੇ ਨੇ ਫਿਰ ਤੁਸੀਂ ਕੈਨੇਡਾ ਤੋਂ ਵੀਜ਼ਾ ਅਪਲਾਈ ਕਰ ਸਕਦੇ ਹੋ, ਲੇਕਿਨ ਅਗਰ ਇੰਡੀਆ ਵਿੱਚ ਰਹਿ ਰਹੇ ਨੇ ਫਿਰ ਤੁਸੀਂ ਇੰਡੀਆ ਤੋਂ ਅਪਲਾਈ ਕਰਨਾ ਪੈਂਦਾ, ਕਰਨਾ ਪਏਗਾ। ਕੱਲ ਦਾ ਸ਼ੁਕਰੀਆ। ਵਧੇ ਹਾਂ ਨੈਕਸਟ ਕਾਲਰ ਵੱਲ। ਜੀ ਜੀ ਤੁਸੀਂ ਗੱਲ ਕਰੋ ਜੀ। ਹੈਲੋ ਜੀ, ਜੀ ਮਲਿਕ ਸਾਹਿਬ ਜੀ, ਮੈਂ ਨਾ ਅੱਜ ਤੋਂ 6 ਸਾਲ ਪਹਿਲਾਂ ਸਟੇ ਹੋਈ ਸੀ। ਠੀਕ ਹੈ, ਮੈਂ ਤੁਹਾਨੂੰ ਕੇਸ ਉਮੀ ਦੇ ਕੇ ਆਈ ਹਾਂ, ਤੇ ਕੀ ਹੁਣ ਮੇਰੇ ਕੋਲ ਫੇਰ ਲੱਗ ਚੁੱਕੇ ਮੰਗਣਗੇ ਤੁਹਾਡੇ ਕੋਲੋਂ ਲੱਗ ਚੁੱਕੇ? ਤੁਹਾਡਾ ਸਟੇ ਕਦੋਂ ਹੋਇਆ ਸੀ?
ਅਪਲਾਈ ਤੋਂ 6 ਸਾਲ ਪਹਿਲੇ ਹੁਣ ਤੁਸੀਂ ਨੈਸ਼ਨਲਿਟੀ ਅਪਲਾਈ ਕਰਨਾ ਚਾਹੁੰਦੇ ਹੋ ਨਹੀਂ ਨਹੀਂ ਅਜੇ ਡੈਫੀਨਿਟ ਨਹੀਂ ਮਿਲੀ ਤੁਹਾਨੂੰ ਇੰਡੈਫੀਨਿਟ ਨਹੀਂ ਮਿਲੀ ਨਹੀਂ ਅੱਛਾ ਠੀਕ ਹੈ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਨਹੀਂ ਤੁਹਾਨੂੰ ਲੋੜ ਨਹੀਂ ਪੈਂਦੀ ਹੈ ਕਿਉਂਕਿ ਮੈਂ ਲੱਗਦਾ ਹੈ ਕਿ ਤੁਸੀਂ ਡਿਸਕਸ਼ਨ ਲੀਵ ਤੇ ਸੀ ਹੋ ਉਹ ਲੋਕ ਜਿਹੜੇ 6 ਸਾਲ ਡਿਸਕਸ਼ਨ ਲੀਵ ਤੇ ਪੂਰੇ ਕਰਨ ਉਹ ਪੱਕੇ ਸਟੇ ਦੇ ਵਾਸਤੇ ਐਪਲੀਕੇਸ਼ਨ ਪਾ ਸਕਦੇ ਨੇ ਉਹਨਾਂ ਨੂੰ ਲਾਈਫ ਇਨ ਯੂਕੇ ਟੈਸਟ ਤੇ ਇੰਗਲਿਸ਼ ਟੈਸਟ ਦੀ ਲੋੜ ਨਹੀਂ ਪੈਣੀ ਪਏਗੀ ਲੇਕਿਨ ਜਦੋਂ ਤੁਹਾਡਾ ਸਟੇ ਮਿਲ ਗਿਆ ਉਸ ਤੋਂ ਬਾਅਦ ਅਗਰ ਨੈਸ਼ਨਲਿਟੀ ਅਪਲਾਈ ਕਰੋਗੇ 1 ਸਾਲ ਦੇ ਬਾਅਦ ਫਿਰ ਤੁਹਾਨੂੰ ਲੋੜ ਪਏਗੀ ਲੇਕਿਨ ਇਸ ਵੇਲੇ ਤੁਹਾਨੂੰ ਲੋੜ ਨਹੀਂ ਪੈਂਦੀ ਹੈ ਕਾਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਸਤਿ ਸ਼੍ਰੀ ਅਕਾਲ ਮਲਿਕ ਜੀ ਜੀ ਸਤਿ ਸ਼੍ਰੀ ਅਕਾਲ ਮਲਿਕ ਜੀ ਮੇਰਾ ਛੋਟਾ ਸਵਾਲ ਹੈ ਕਿ ਮੈਂ ਡੇਰੋਟਿਵ ਰੂਲ ਤੇ ਅਪਲਾਈ ਕੀਤਾ ਹੋਇਆ ਮੇਰੇ ਚਾਚੇ ਦੇ ਕੇਅਰਿੰਗ ਦੇ ਬੇਸ ਤੇ ਆ ਠੀਕ ਹੈ ਤੇ ਮੇਰੇ ਨਾਲ ਫਿਰ ਮੈਂ ਉਹਨੂੰ ਵਾਈਫਾਈ ਸੀ ਇੰਡੀਆ ਤੋਂ ਉਹਨੂੰ ਵੀ ਜੁਆਇੰਟ ਕਰਾਤੀ ਐਪਲੀਕੇਸ਼ਨ ਤੇ ਮੈਨੂੰ ਨਾ ਮੇਰੇ ਉਹ ਬਾਇਓਮੈਟ੍ਰਿਕ ਆ ਗਿਆ ਲੇਕਿਨ ਮੈਨੂੰ ਵਰਕ ਰਾਈਟ ਨਹੀਂ ਮਿਲੇ ਕੀ ਮੈਂ ਉਹਦੇ ਲਈ ਅਪੀਲ ਕਰ ਸਕਦਾ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਤੁਸੀਂ ਅਪੀਲ ਤਾਂ ਨਹੀਂ ਕਰ ਸਕਦੇ ਉਸ ਖਿਲਾਫ਼ ਹੋਮ ਆਫਿਸ ਦੀ ਮਰਜ਼ੀ ਹੈ ਕਿ ਤੁਹਾਨੂੰ ਪਰਮਿਸ਼ਨ ਦਿੰਦੇ ਨੇ ਜਾਂ ਨਹੀਂ ਦਿੰਦੇ ਨੇ ਤੇ ਪਰ ਉਸ ਖਿਲਾਫ਼ ਅਪੀਲ ਨਹੀਂ ਕਰ ਸਕਦੇ ਲੇਕਿਨ ਅਗਰ ਉਸਨੂੰ ਚਾਹੋ ਤਾਂ ਹਾਈਕੋਰਟ ਦੇ ਵੀ ਚੈਲੇਂਜ ਕਰ ਸਕਦੇ ਹੋ ਜਿਹੜਾ ਕਾਫ਼ੀ ਮਹਿੰਗਾ ਰੂਟ ਹਾਈਕੋਰਟ ਦੇ ਵਿੱਚ ਉਸਨੂੰ ਚੈਲੇਂਜ ਕਰ ਸਕਦੇ ਹੋ ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ ਹਾਂਜੀ ਜੀ ਜੀ ਤੁਸੀਂ ਆਉਣੇ ਜੀ ਹਾਂ ਬਿਲਕੁਲ ਤੁਸੀਂ ਆਉਣੇ ਰਹੋ ਗੱਲ ਕਰੋ ਹਾਂਜੀ ਹਾਂਜੀ ਜਦੋਂ ਪਹਿਲੇ ਨਾ ਕੀਤਾ ਉਹਨੇ ਕੋ ਅਪੀਲ ਕੀਤੀ ਸੀ ਜਾਂ ਨਹੀਂ ਕੀਤੀ ਸੀ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਹਿਊਮਨ ਰਾਈਟਸ ਦਾ ਜਿਹੜਾ ਕਾਨੂੰਨ ਹੈ ਉਹ ਅਲੱਗ ਹੈ ਇਮੀਗ੍ਰੇਸ਼ਨ ਕਾਨੂੰਨ ਅਲੱਗ ਨੇ ਲੇਕਿਨ ਇਮੀਗ੍ਰੇਸ਼ਨ ਰੂਲ ਦੇ ਵਿੱਚ ਵੀ ਬਾਜ਼ੂਕਤ ਲੋਕਾਂ ਨੂੰ ਆਉਣੇ ਦੀ ਪਰਮਿਸ਼ਨ ਮਿਲ ਜਾਂਦੀ ਹੈ ਤੇ ਤੁਸੀਂ ਕਿਸੇ ਵਕੀਲ ਨੂੰ ਜਾ ਕੇ ਜਿਹੜਾ ਰਿਫਿਊਜ਼ਲ ਲੈਟਰ ਹੈ ਉਹ ਜਾ ਕੇ ਦੱਸੋ ਨਾਲ ਜਿਹੜਾ ਅਪੀਲ ਦਾ ਫੈਸਲਾ ਹੋਵੇ ਉਹ ਦੱਸ ਕੇ ਕਿਸੇ ਵਕੀਲ ਤੋਂ ਸਲਾਹ ਲੈ ਲਓ ਕਿ ਤੁਸੀਂ ਹੁਣ ਕੀ ਕਰੋਗੇ ਤੁਹਾਡੀ ਕਾਲ ਦਾ ਸ਼ੁਕਰੀਆ ਇਸੇ ਦੇ ਨਾਲ ਵਿਹਲਾ ਹੋਇਆ ਇੱਕ ਬ੍ਰੇਕ ਦਾ ਤੁਸੀਂ ਟੀਵੀ ਵੇਖਦੇ ਰਹੋ ਬ੍ਰੇਕ ਤੇ ਉਸ ਬਾਅਦ ਤੁਹਾਨੂੰ ਫਿਰ ਮਿਲਦੇ ਹਾਂ ਸਿਲਸਿਲਾ ਉੱਥੋਂ ਸ਼ੁਰੂ ਕਰਦੇ ਹਾਂ ਜਿੱਥੇ ਬ੍ਰੇਕ ਤੋਂ ਪਹਿਲੇ ਖਤਮ ਹੋਇਆ ਸੀ ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ ਲੱਗਦਾ ਹੈ ਕਿ ਇਹ ਕਾਲ ਡ੍ਰਾਪ ਹੋ ਗਈ ਹੈ ਵਧਿਆ ਨੈਕਸਟ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ ਮਲਿਕ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰੇ ਕੋਲ ਸਵਾਲ ਇਹ ਹੈ ਕਿ ਅਸੀਂ ਯੂਰਪ ਤੋਂ ਆਏ ਹਾਂ ਠੀਕ ਹੈ ਯੂਰਪ ਤੋਂ ਇੱਥੇ ਜਿਹਨੂੰ 5 ਸਾਲ ਹੋ ਗਏ ਤੁਸੀਂ ਹੁਣੇ ਕਿਹਾ ਕਿ ਉਹ ਰੈਜੀਡੈਂਸੀ ਲੈ ਸਕਦਾ ਇੱਥੇ ਨਾ 5 ਸਾਲ ਬਾਅਦ ਜਿਹਨੇ 5 ਸਾਲ ਕੰਮ ਕੀਤਾ ਹਾਂਜੀ ਹਾਂਜੀ ਕੰਮ ਸਭ ਕੀਤਾ ਚਲੋ ਠੀਕ ਕਿ ਜੇ ਅਸੀਂ ਨੈਸ਼ਨਲਿਟੀ ਅਪਲਾਈ ਕਰਨੀ ਹੋਵੇ ਪਾਸਪੋਰਟ ਇੱਥੇ ਦਾ ਸਾਨੂੰ ਵੀ ਯੂਕੇ ਲੈਫ ਕਰਨਾ ਪਵੇਗਾ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਹਾਂ ਕੋਈ ਵੀ ਬੰਦਾ ਜਿਹੜਾ ਜਿਸ ਦੇ ਕੋਲ ਇੱਥੇ ਪੱਕਾ ਸਟੇ ਸਭ ਤੋਂ ਪਹਿਲੇ ਪੱਕਾ ਸਟੇ ਚਾਹੀਦਾ ਉਸ ਤੋਂ ਬਾਅਦ ਬ੍ਰਿਟਿਸ਼ ਨੈਸ਼ਨਲਿਟੀ ਚਾਹੀਦੀ ਹੈ ਕੋਈ ਵੀ ਬੰਦਾ ਜਿਹੜਾ ਬ੍ਰਿਟਿਸ਼ ਨੈਸ਼ਨਲਿਟੀ ਅਪਲਾਈ ਕਰਨਾ ਚਾਹੇਗਾ ਉਸ ਨੂੰ ਲਾਈਫ ਇਨ ਯੂਕੇ ਟੈਸਟ ਲੋੜ ਹੈ ਨਾਲ ਇੰਗਲਿਸ਼ ਟੈਸਟ ਦੀ ਲੋੜ ਹੈ ਅਗਰ ਕੋਈ ਬੰਦਾ 65 ਸਾਲ ਤੋਂ ਜ਼ਿਆਦਾ ਹੈ ਤਾਂ ਫਿਰ ਉਸਨੂੰ ਲੋੜ ਨਹੀਂ ਲੇਕਿਨ 65 ਸਾਲ ਤੋਂ ਘੱਟ ਕੋਈ ਵੀ ਬੰਦਾ ਅਗਰ ਬ੍ਰਿਟਿਸ਼ ਨੈਸ਼ਨਲਿਟੀ ਦੇ ਵਾਸਤੇ ਅਪਲਾਈ ਕਰੇਗਾ ਉਸ ਦੇ ਵਾਸਤੇ ਲਾਈਫ ਇਨ ਯੂਕੇ ਟੈਸਟ ਇੰਗਲਿਸ਼ ਟੈਸਟ ਜ਼ਰੂਰੀ ਹੈ ਯੂਰਪੀਅਨ ਹੈ ਇੰਡੀਅਨ ਹੈ ਪਾਕਿਸਤਾਨੀ ਹੈ ਕਿਸੇ ਵੀ ਕੰਟਰੀ ਹੈ ਉਸਨੂੰ ਪਾਸ ਕਰਨਾ ਪੈਂਦਾ ਹੈ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ ਜੇ ਤੁਸੀਂ ਆਨ ਲਾ ਰਹੇ ਹੋ ਤੁਸੀਂ ਗੱਲ ਕਰੋ ਜੀ ਤੁਸੀਂ ਟੈਲੀਫੋਨ ਤੇ ਗੱਲ ਕਰੋ ਜੀ ਜੀ ਤੁਸੀਂ ਗੱਲ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪੁੱਛਣਾ ਚਾਹੁੰਦੀ ਸੀ ਕਿ ਮੈਂ ਇੰਗਲੈਂਡ ਆਉਣਾ ਚਾਹੁੰਦੀ ਆ ਤੇ ਮੇਰੇ ਕੋਲ ਇੰਡੀਅਨ ਪਾਸਪੋਰਟ ਆ ਮੇਰੀ ਸਿਸਟਰ ਇੰਗਲੈਂਡ ਰਹਿੰਦੀ ਆ ਉਹ ਮੈਨੂੰ ਜਿਦਾਂ ਸਪੋਂਸਰ ਕੌਣ ਹੈ ਸਟਾਰ ਵੀਜ਼ਾ ਲੱਗ ਸਕਦਾ ਆ ਜਾਂ ਅਸੀਂ ਵਿਜ਼ਿਟਰ ਵੀਜ਼ੇ ਤੇ ਵੀ ਇੰਗਲੈਂਡ ਆ ਸਕਦੇ ਆ ਤੁਸੀਂ ਕਿੱਥੋਂ ਬੋਲ ਰਹੇ ਹੋ ਇਟਲੀ ਤੋਂ ਬੋਲਦੀ ਆ ਜੀ ਤੇ ਤੁਹਾਡੇ ਕੋਲ ਉੱਥੇ ਸਟੇ ਹੈ ਇਟਲੀ ਦੇ ਵਿੱਚ ਹਾਂਜੀ ਪੇਪਰ ਹੈਗੇ ਆ ਫੈਮਿਲੀ ਪੇਪਰ ਆ ਠੀਕ ਹੈ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਅਗਰ ਤੁਹਾਡੇ ਕੋਲ ਇਟਲੀ ਦੇ ਵਿੱਚ ਫੈਮਿਲੀ ਦੇ ਪੇਪਰ ਨੇ ਤੁਸੀਂ ਉੱਥੇ ਰਹਿ ਰਹੇ ਹੋ ਅਗਰ ਤੁਹਾਡੀ ਸਿਸਟਰ ਤੁਹਾਨੂੰ ਹਾਲੀਡੇਜ਼ ਤੇ ਬੁਲਾਉਣਾ ਚਾਹੁੰਦੀ ਹੈ ਵਿਜ਼ਟਰ ਵੀਜ਼ੇ ਤੇ ਬੁਲਾਉਣਾ ਚਾਹੁੰਦੀ ਹੈ ਕਿ ਤੁਸੀਂ ਕੁਝ ਵੀਕ ਇੱਥੇ ਰਹਿ ਕੇ ਵਾਪਸ ਚਲੇ ਜਾਓ ਉਹ ਤੁਹਾਨੂੰ ਰਾਹਦਾਰੀ ਭੇਜ ਸਕਦੀ ਹੈ ਉਹ ਜਦੋਂ ਤੁਹਾਨੂੰ ਰਾਹਦਾਰੀ ਮਿਲ ਜਾਏ ਫਿਰ ਤੁਸੀਂ ਜਿਹੜਾ ਬ੍ਰਿਟਿਸ਼ ਐਮਬੈਸੀ ਹੈ ਉੱਥੇ ਤੁਸੀਂ ਐਪਲੀਕੇਸ਼ਨ ਪਾਓਗੇ ਤੇ ਤੁਹਾਨੂੰ ਵਿਜ਼ਟਰ ਵੀਜ਼ਾ ਇੱਥੇ ਆਉਣੇ ਦਾ ਦੇ ਦੇਣਗੇ ਕੱਲ ਦਾ ਸ਼ੁਕਰੀਆ ਵਧੇ ਅਗਲੇ ਕੱਲ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ ਜੀ ਹੈਲੋ ਜੀ ਜੀ ਤੁਸੀਂ ਟੈਲੀਫੋਨ ਤੇ ਗੱਲ ਕਰੋ
ਮਾਈ ਜੀ ਮੈਂ ਬ੍ਰਿਟਿਸ਼ ਸਿਟੀਜ਼ਨ ਸਰ ਮੈਨੇ ਸ਼ਾਦੀ ਕਰੀ ਸੀ ਲੀਗਲ ਸੇ 2011 ਮੇ ਤਾਂ ਉਹਨਾਂ ਨੇ ਇੰਗਲੈਂਡ ਯੂ ਕੇ ਮੈਂ ਹਮਾਰੀ ਐਪਲੀਕੇਸ਼ਨ ਰਿਫਿਊਜ਼ ਕਰਤੀ ਸੀ ਵੋ ਬੋਲੇ ਜੈਨੂਇਨ ਮੈਰਿਜ ਨਹੀਂ ਤਾਂ ਹਮ ਫਿਰ ਸ਼ਿਫਟ ਹੋ ਗਏ ਯੂਰਪ ਮੇ ਹਮ ਸਾਲ ਯਹਾਂ ਪਰ ਰਹੇ ਟ੍ਰੀਟੀ ਰੋਇਲ ਮੈਂ ਕਰਤੀ ਰਹੀ ਹੂੰ ਯਹਾਂ ਪਰ ਯੂਰਪ ਮੇ ਤਾਂ ਉਸਕੋ 5 ਈਅਰ ਕਾ ਵੀਜ਼ਾ ਮਿਲਾ ਹੈ ਤਾਂ ਮੈਂ ਉਸਕੋ ਇੰਗਲੈਂਡ ਲੈ ਕਰ ਆਈ ਹੋਈ ਹੂੰ ਅਭੀ ਤਾਂ ਮੈਂ ਆਪਣੇ ਯੇ ਪੁੱਛਣਾ ਸਰ ਬਿਫੋਰ ਦ ਸਿੰਗਲ ਰੂਟ ਕੀ ਐਪਲੀਕੇਸ਼ਨ ਲਗਾਣੇ ਸੇ ਪਹਿਲੇ ਹਮ ਉਸਕਾ ਨੈਸ਼ਨਲ ਇੰਸ਼ੋਰੈਂਸ ਨੰਬਰ ਅਪਲਾਈ ਕਰ ਸਕਤੇ ਹੈ ਤਾਂ ਉਸਕੇ ਪਾਸ ਕੌਨ ਸਾ ਵੀਜ਼ਾ ਹੈ ਅਭੀ ਉਸਕੇ ਪਾਸ ਈਯੂ ਟ੍ਰੀਟੀ ਰਾਈਟਸ ਕਾ ਵੀਜ਼ਾ ਹੈ 5 ਸਾਲ ਕਾ ਜੀ ਆਪਕੀ ਕਾਲ ਕਾ ਸ਼ੁਕਰੀਆ ਹਾਂ ਬਿਲਕੁਲ ਵੋ ਇਧਰ ਕਾਮ ਕਰ ਸਕਤਾ ਹੈ ਲੇਕਿਨ ਅਗਰ ਉਸਕੇ ਪਾਸ 5 ਸਾਲ ਕਾ ਵੀਜ਼ਾ ਐਜ਼ ਏ ਡਿਪੈਂਡੈਂਟ ਮਿਲਾ ਹੋਇਆ ਤੋ ਫਿਰ ਤੋ ਉਸੇ ਕਿਸੀ ਚੀਜ਼ ਕੀ ਜ਼ਰੂਰਤ ਨਹੀਂ ਹੈ ਜਬ ਉਹ 5 ਸਾਲ ਯੂਕੇ ਮੈਂ ਰਹਿ ਜਾਏਗਾ ਤੋ ਫਿਰ ਵੋ ਐਪਲੀਕੇਸ਼ਨ ਕਰ ਸਕੇਗਾ ਇੰਡੈਫਿਨਿਟ ਸਟੇ ਕੇ ਲੀਏ ਬਹਰਹਾਲ ਇਸ ਵੀਜ਼ੇ ਕੇ ਉਪਰ ਵੋ ਇੰਸ਼ੋਰੈਂਸ ਨੰਬਰ ਵੀ ਲੈ ਸਕਤਾ ਔਰ ਕਾਮ ਵੀ ਕਰ ਸਕਤਾ ਹੈ ਕਾਲ ਕਾ ਸ਼ੁਕਰੀਆ ਵਧੀਆ ਨੈਕਸਟ ਕਾਲਰ ਵਾਲ ਜੀ ਹਾਂਜੀ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਭਾਜੀ ਅਸੀਂ ਮੇਰੇ ਕੋਲ ਨਾ ਦੂਸਰਾ ਪਾਸਵਰਡ ਏ ਮਤਲਬ ਡੈਪ ਨਹੀਂ ਰਹੇ ਮੇਰੇ ਕੋਲ ਠੀਕ ਹੈ ਤੇ ਮੈਂ ਜਿੱਦਾਂ ਬ੍ਰਿਟਿਸ਼ ਪਾਸਪੋਰਟ ਅਪਲਾਈ ਕਰ ਸਕਦੀ ਹਾਂ ਤੁਹਾਨੂੰ ਇੰਡੀਆ ਫੈਸਟੇ ਕਦੋਂ ਮਿਲਿਆ ਸੀ ਮੇਰੇ ਕੋਲ 3-4 ਸਾਲ ਹੋ ਗਏ ਨੇ ਠੀਕ ਹੈ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਹਾਂ ਅਗਰ ਕਿਸੇ ਬੰਦੇ ਦੇ ਕੋਲ ਇੰਡੀਆ ਸਟੇ ਹੈ ਤਾਂ ਅਗਰ ਉਹ ਨੈਸ਼ਨਲਿਟੀ ਅਪਲਾਈ ਕਰਨਾ ਚਾਹੇ ਤਾਂ ਕਰ ਸਕਦਾ ਉਸਦੇ ਵਾਸਤੇ 3-4 ਸ਼ਰਤਾਂ ਨੇ ਪਹਿਲੀ ਹੈ ਕਿ ਤੁਹਾਨੂੰ ਲਾਈਫ ਇਨ ਯੂਕੇ ਟੈਸਟ ਇੰਗਲਿਸ਼ ਟੈਸਟ ਪਾਸ ਕਰਨਾ ਪੈਣੇ 2 ਟੈਸਟ ਫਿਰ ਉਹ ਦੂਸਰੀ ਸ਼ਰਤ ਹੈ ਕਿ ਪਿਛਲੇ 5 ਸਾਲ ਦੇ ਵਿੱਚ ਤੁਸੀਂ ਜ਼ਿਆਦਾ ਅਰਸਾ ਯੂਕੇ ਦੇ ਵਿੱਚ ਰਹੇ ਹੋ ਅਗਰ ਬਾਹਰ ਗਏ ਹੋ ਤਾਂ 3 ਮਹੀਨੇ 1 ਸਾਲ ਦੇ ਵਿੱਚ ਉਸ ਤੋਂ ਜ਼ਿਆਦਾ ਬਾਹਰ ਨਹੀਂ ਰਹੇ ਹੋ ਉਸ ਤੋਂ ਬਾਅਦ ਇੱਕ ਹੋਰ ਸ਼ਰਤ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਰੂਲਸ ਦੀ ਕੋਈ ਬ੍ਰੀਚ ਨਹੀਂ ਕੀਤੀ ਹੈ ਅਗਰ ਇਹ 3 ਸ਼ਰਤਾਂ ਪੂਰੀਆਂ ਕਰ ਸਕੋ ਕਰ ਰਹੇ ਹੋ ਫਿਰ ਤੁਸੀਂ ਨੈਸ਼ਨਲਿਟੀ ਵਾਸਤੇ ਐਪਲੀਕੇਸ਼ਨ ਪਾ ਸਕਦੇ ਹੋ ਤੁਹਾਡੀ ਕਾਲ ਦਾ ਸ਼ੁਕਰੀਆ ਵਧੀਆ ਨੈਕਸਟ ਕਾਲਰ ਵਾਲ ਜੀ ਸਲਾਮ ਅਲੈਕੁਮ ਭਾਜੀ ਜੀ ਵਾਲੇਕੁਮ ਸਲਾਮ ਜੀ ਮੈਂ ਨਾ ਕੇਸ ਲਗਾਇਆ 2002 ਕਾ ਲਗਾਇਆ ਹੋਇਆ ਇਹਨਾਂ ਨੇ 3-4 ਦਫਾ ਰਿਫਿਊਜ਼ ਕੀਆ ਵਾ ਅਭੀ ਮੈਨੂੰ ਮੁਝੇ ਤੋ ਕਿਆ ਕੇਸ ਲਗਾਇਆ ਥਾ 2002 ਮੈਂ ਲੈਗਸੀ ਕਾ ਚੱਲ ਰਿਹਾ ਥਾ ਮੇਰਾ ਅਭੀ ਮੈਂ 5 ਸਾਲ ਹੋ ਗਏ ਸੈਨ ਮੈਂ ਜਾ ਰਹਾ ਹੂੰ ਨਹੀਂ ਲੈਗਸੀ ਆਪਨੇ ਅਪਲਾਈ ਕਬ ਕੀਆ ਥਾ 2010 ਮੈਂ ਕੀਆ ਥਾ ਅਪਲਾਈ ਤੋ ਵਹੀ ਬਾਤ ਹੈ ਤੋ 6 ਸੇ ਲੇਕਰ 9 ਤੱਕ ਕਿਉਂ ਨਹੀਂ ਅਪਲਾਈ ਕੀਆ ਉਸ ਟਾਈਮ ਨਹੀਂ ਮੈਨੇ ਕੀਆ ਤੋ ਅਭੀ ਕਿਆ ਹੈ ਕਿ ਮੈਂ ਸੈਨ 5 ਸਾਲ ਹੋ ਗਏ ਮੁਝੇ ਸੈਨ ਕਰਨੇ ਕੇ ਜਾ ਰਹਾ ਹੂੰ ਠੀਕ ਹੈ ਅਭੀ 2-3 ਦਫਾ ਇਹਨਾਂ ਨੇ ਨਾ ਰਿਫਿਊਜ਼ ਕੀਆ ਤੋ ਅਭੀ ਆਪ ਹੀ ਇਹਨਾਂ ਨੇ ਮੁਝੇ ਲਿਵਰਪੂਲ ਬੁਲਾ ਲਿਆ ਕਿ ਇੰਟਰਵਿਊ ਆਪਕੀ ਠੀਕ ਠੀਕ ਅਭੀ ਕਿਆ ਪਤਾ ਅਭੀ ਸਵਾਲ ਕਿਆ ਹੈ ਜੀ ਅਭੀ ਮੈਂ ਇਹ ਪੁੱਛ ਰਹਾ ਹੂੰ ਲਿਵਰਪੂਲ ਕਿਸ ਲਈ ਬੁਲਾਇਆ ਹੋਗਾ ਇਹਨਾਂ ਨੇ ਜੀ ਆਪਕੀ ਕਾਲ ਕਾ ਸ਼ੁਕਰੀਆ ਅਬ ਅਗਰ ਉਹਨੇ ਬੁਲਾਇਆ ਤੋ ਫਿਰ ਆਪ ਜਾਏ ਇੰਟਰਵਿਊ ਕੇ ਲਈ ਦੂਸਰੀ ਬਾਤ ਇਹ ਹੈ ਕਿ ਜੋ ਐਮਨੈਸਟੀ ਜਾਂ ਲੈਗੇਸੀ ਹੈ ਇਹ 2006 ਮੈਂ ਨਿਕਲੀ ਥੀ ਜਿਸ ਨੇ 6 ਸੇ ਲੇਕਰ 9 ਤੱਕ ਅਪਲਾਈ ਕੀਆ ਉਨਕੋ ਤੋ ਸਟੇ ਮਿਲ ਗਿਆ ਥਾ ਤੋ ਆਪਨੇ ਚੁੱਕੇ 6 ਸੇ ਲੇਕਰ 9 ਤੱਕ 3 ਜਾਂ 4 ਸਾਲ ਅਪਲਾਈ ਨਹੀਂ ਕੀਆ 10 ਮੈਂ ਅਗਰ ਅਪਲਾਈ ਕੀਆ ਇਸ ਵਜ੍ਹਾ ਸੇ ਉਹਨੇ ਆਪਕੋ ਸਟੇ ਨਹੀਂ ਦੀਆ ਅਗਰ 6 ਸੇ 9 ਕੇ ਦੌਰਾਨ ਆਪ ਯੂਕੇ ਮੇਂ ਥੇ ਔਰ ਅਪਲਾਈ ਕਰਤੇ ਆਪਕਾ ਸਟੇ ਹੋ ਗਿਆ ਹੋਤਾ ਬਹਰਹਾਲ ਆਪ ਅਗਰ ਉਹਨੇ ਯੂਰਪ ਮੇਂ ਅਗਰ ਉਹਨੇ ਲਿਵਰਪੂਲ ਮੇਂ ਬੁਲਾਇਆ ਤੋ ਆਪ ਇੰਟਰਵਿਊ ਕੇ ਲਈ ਚਲੇ ਜਾਏ ਕਾਲ ਕਾ ਸ਼ੁਕਰੀਆ ਵਧਨੇ ਅਗਲੇ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ ਜੀ ਤੁਸੀਂ ਟੈਲੀਫੋਨ ਤੇ ਗੱਲ ਕਰੋ ਹਾਂਜੀ ਜੀ ਉਹ ਮੈਂ ਤੇ ਗੱਲ ਕਰਨੀ ਸੀ ਕਿ ਜੀ ਬਿਲਕੁਲ ਗੱਲ ਕਰੋ ਜੀ ਤੁਸੀਂ ਆਨੇ ਹੋ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਹਾਂਜੀ ਮੈਂ ਗੱਲ ਕਰਨੀ ਸੀ ਵੀ ਜਿੱਦਾਂ ਜੈਂਟਸ ਦੇ ਬਾਰੇ ਦੱਸਿਆ ਤੁਸੀਂ 65 ਸਾਲ ਤੱਕ ਹੋ ਜੇ ਤੇ ਉਹਨੂੰ ਜੀ ਤੇ ਉਹਨੂੰ ਲੋੜ ਨਹੀਂ ਕਿ ਆਪਣੇ ਇੰਗਲਿਸ਼ ਟੈਸਟ ਦੀ ਠੀਕ ਤੇ ਜਿਹੜੀ ਲੇਡੀ ਆ ਲੇਡੀ ਨੂੰ ਵੀ 65 ਸਾਲ ਹੈ ਕਿ ਜਾਂ ਘੱਟ ਆ ਜੀ ਤੁਹਾਡੀ ਕੱਲ ਤੋਂ ਸ਼ੁਕਰੀਆ ਨਹੀਂ ਉਹ ਦੋਵਾਂ ਨੂੰ 65 ਸਾਲ ਹੈ ਲੇਡੀ ਹੈ ਜਾਂ ਮਰਦ ਹੈ ਦੋਵਾਂ ਨੂੰ 65 ਸਾਲ ਅਗਰ 65 ਸਾਲ ਤੋਂ ਉੱਤੇ ਹੋ ਜਾਣ ਫਿਰ ਉਹਨਾਂ ਨੂੰ ਲਾਈਫ ਇਨ ਯੂਕੇ ਟੈਸਟ ਇੰਗਲਿਸ਼ ਟੈਸਟ ਦੀ ਲੋੜ ਨਹੀਂ ਲੇਕਿਨ ਉਸ ਤੋਂ ਪਹਿਲੇ ਮਰਦ ਹੈ ਜਾਂ ਔਰਤ ਹੈ ਉਹਨੂੰ ਟੈਸਟ ਲਾਈਫ ਇਨ ਯੂਕੇ ਟੈਸਟ ਇੰਗਲਿਸ਼ ਟੈਸਟ ਦੀ ਲੋੜ ਪੈਂਦੀ ਹੈ ਕੱਲ ਦਾ ਸ਼ੁਕਰੀਆ ਵਧੇ ਅਗਲੇ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ 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 ਸਲਾਮ ਜੀ ਵਾਲੇਕੁਮ ਸਲਾਮ ਮੇਰੇ ਡੈਡ ਇੰਡੀਆ ਰਹਿੰਦੇ ਆ ਉਹ 2 ਸਾਲ ਦੇ ਉਹਨਾਂ ਨੂੰ ਡੈਫੀਨੇਟ 2 ਸਾਲ ਦਾ ਵੀਜ਼ਾ ਹੁਣ ਮਿਲਿਆ ਸੀ ਠੀਕ ਹੈ ਪਿਛਲੇ ਉਹਨਾਂ ਦਾ ਵੀਜ਼ਾ ਖਤਮ ਹੋ ਰਿਹਾ ਮਾਰਚ 2017 ਦੇ ਵਿੱਚ ਠੀਕ ਹੈ 12 ਮਾਰਚ ਨੂੰ ਉਹ ਮੈਂ ਕੱਲਾ ਹੀ ਹਾਂ ਡਿਪੈਂਡੈਂਟ ਆ ਮੇਰੇ ਤੇ ਮੈਂ ਪੈਸੇ ਵੀ ਭੇਜਦਾ ਰਹਿਣਾ ਤੇ ਸਿਸਟਰ ਮੇਰੀ ਇੰਡੀਆ ਬਹਿ ਹੋਈਆਂ ਨੇ ਮੈਂ ਦੇਖੋ ਇੱਥੇ ਬ੍ਰਿਟਿਸ਼ ਨੈਸ਼ਨੈਲਿਟੀ ਆ ਮੈਨੂੰ 17 ਸਾਲ ਹੋ ਗਏ ਇੱਥੇ ਆਏ ਨੂੰ ਕੋਈ ਏਦਾਂ ਦਾ ਮੇਰਾ ਪੇਪਰ ਵਰਕ ਦੀ ਕਮੀ ਨੀ ਸਾਰਾ ਕੁਝ ਠੀਕ ਹੈ ਫੈਮਿਲੀ ਦਾ ਵੀ ਮੈਂ ਉਹਨਾਂ ਦਾ ਇੱਥੇ ਆਇਆ ਤਾਂ ਜਦੋਂ ਵੀਜ਼ਾ ਖਤਮ ਹੋ ਜਾਵੇ ਉਦੋਂ ਪਹਿਲਾਂ ਇੱਥੇ ਹੀ ਅਪਲਾਈ ਕਰ ਸਕਦਾ ਇੰਡੀਆ ਨੂੰ ਵਾਪਸ ਭੇਜਣਾ ਬੋਲੋ ਏਜ ਕਿਤਨੀ ਹੈ ਤੁਹਾਡੇ ਡੈਡੀ ਦੀ ਉਹਨਾਂ ਦੀ 65 ਸਾਲ ਤੋਂ ਉੱਪਰ ਹੈ ਠੀਕ ਹੈ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਅਸਲ ਚ ਅਗਰ ਤੁਹਾਡੇ ਡੈਡੀ ਯੂਕੇ ਦੇ ਵਿੱਚ ਆ ਗਏ
ਵੀਜ਼ਾ ਖਤਮ ਹੋਣ ਤੋਂ ਪਹਿਲੇ ਪਹਿਲੇ ਇੱਥੋਂ ਤੁਸੀਂ ਐਪਲੀਕੇਸ਼ਨ ਉਹਨਾਂ ਦੀ ਪਾਓ ਤੇ ਪਾ ਸਕਦੇ ਹੋ। ਇੰਡੀਆ ਤੋਂ ਵੀਜ਼ਾ ਨਹੀਂ ਲੱਗੇਗਾ ਕਿਉਂਕਿ ਇੰਡੀਆ ਤੋਂ ਇਹ ਕਾਨੂੰਨ ਸਾ ਜਿਹੜਾ 2012 ਦੇ ਵਿੱਚ ਇਹਨੇ ਖਤਮ ਕਰ ਦਿੱਤਾ ਸੀ, ਲੇਕਿਨ ਅਗਰ ਉਹ ਯੂਕੇ ਆ ਜਾਂਦੇ ਨੇ ਵਿਜ਼ਟਰ ਵੀਜ਼ੇ ਤੇ ਇੱਥੋਂ ਤੁਸੀਂ ਅਗਰ ਐਪਲੀਕੇਸ਼ਨ ਉਹਨਾਂ ਦੀ ਫਾਈਟ ਕਰਨਾ ਚਾਹੋ ਤਾਂ ਇੱਥੋਂ ਫਾਈਟ ਕਰ ਸਕਦੇ ਹੋ ਉਹਨਾਂ ਦਾ ਕੇਸ। ਕੱਲ ਦਾ ਸ਼ੁਕਰੀਆ ਵਧਿਆ। ਅਗਲੇ ਕਾਲਰ ਵਾਲ ਜੀ ਜੀ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਮਲਿਕ ਸਾਹਿਬ, ਮੈਂ ਆਪਣੀ ਮਦਰ ਇਨ ਲਾਅ ਵਾਸਤੇ ਅਪਲਾਈ ਕੀਤਾ ਸੀ ਪਾਕਿਸਤਾਨ ਤੋਂ, ਮੈਂ ਸਪੋਂਸਰ ਕਰ ਰਿਹਾ ਸੀ ਉਹਨਾਂ ਨੂੰ। ਠੀਕ ਹੈ। ਤੇ ਉਹਨਾਂ ਦਾ ਵਿਜ਼ਿਟ ਵੀਜ਼ਾ ਜਿਹੜਾ ਹੈਗਾ ਉਹ ਜਿਹੜਾ ਰਿਜੈਕਟ ਹੋ ਗਿਆ ਸੀ ਇਨੀਸ਼ਲੀ ਨਾ, ਤੇ ਉਹਨਾਂ ਨੇ ਕਿਹਾ ਸੀ ਕਿ ਕਿਉਂਕਿ ਉਹਨਾਂ ਦਾ ਬੇਟਾ ਸਪੋਰਟ ਕਰ ਰਿਹਾ ਸੀ, ਤੇ ਉਹਨਾਂ ਨੇ ਕਿਹਾ ਉਹਦੇ ਅਕਾਊਂਟ 'ਚ ਨਾ ਕੁਛ ਲੰਬ ਸਮ ਅਮਾਊਂਟ ਆ ਰਹੀ ਸੀ, ਤੇ ਫਿਰ ਅਸੀਂ ਅਪਲਾਈ ਅਗੇਨ ਕੀਤਾ ਵਿਦ ਆਲ ਦ ਅਦਰ ਡਾਕੂਮੈਂਟਸ ਟੂ ਐਕਸਪਲੇਨ ਆਲ ਦ ਟ੍ਰਾਂਜੈਕਸ਼ਨ, ਤੇ ਉਹਨਾਂ ਨੇ ਹੁਣ ਦੁਬਾਰਾ ਰਿਜੈਕਟ ਕਰਤਾ ਹੈ। ਉਹ ਕਹਿੰਦੇ ਨੇ ਕਿ ਯੂ ਹੈਵ ਸਟੇਟਿਡ ਦੈਟ ਯੂ ਲਿਵ ਵਿਦ ਯੋਰ ਪੇਰੈਂਟਸ, ਹਸਬੈਂਡ, ਸਨ, ਡਾਟਰ ਇਨ ਲਾਅ ਐਂਡ ਗ੍ਰੈਂਡ ਚਿਲਡਰਨ, ਐਂਡ ਦੈਟ ਯੂ ਆਰ ਸਪੋਰਟਿਡ ਬਾਈ ਯੋਰ ਸਨ। ਟੂ ਕੋਰੋਬਰੇਟ ਦਿਸ ਯੂ ਹੈਵ ਸਬਮਿਟਿਡ ਅ ਲੈਟਰ ਫਰੋਮ ਯੋਰ ਸਨ ਇਜ਼ ਬੈਂਕ ਸਟੇਟਮੈਂਟ, ਸੈਲਰੀ ਸਲਿਪਸ, ਵਾਈਲ ਆਈ ਐਕਸੈਪਟ ਦੈਟ ਯੋਰ ਸਨ ਇਜ਼ ਇੰਪਲੋਇਡ ਐਂਡ ਸਪੋਰਟਿੰਗ ਯੂ ਫਾਈਨਾਂਸ਼ਲੀ, the document that you submitted do not demonstrate that you live in a settled circumstances as you claim given the above points and the lack of document application ke kiti si to visitor di application kiti si ya kedi haan ji visit visa di theek hai ji taadi call da shukriya asle ch taade kol hun bade limited option ne kyunki appeal da right si jehda oh pehle khatam ho gaya aaj kal appeal da right nahi dende ne tusi ek te apne mp kol ja ke ohne tu chitthi pawa sakde ho ਇੱਕ ਤੈਅ ਕਰੋ, ਜਾਂ ਫਿਰ ਅਗਰ ਚਾਹੋ ਤਾਂ ਇਸ ਡਿਸੀਜਨ ਨੂੰ ਹਾਈ ਕੋਰਟ ਦੇ ਵਿੱਚ ਚੈਲੇਂਜ ਕਰਨਾ ਚਾਹੋ ਤਾਂ ਉਹ ਕਰ ਸਕਦੇ ਹੋ। ਇਹ ਤੁਹਾਡੇ ਕੋਲ ਦੋ ਆਪਸ਼ਨ ਨੇ। ਕੱਲ ਦਾ ਸ਼ੁਕਰੀਆ ਵਧਿਆ। ਨੈਕਸਟ ਕਾਲਰ ਵਾਲ ਜੀ ਹਾਂਜੀ ਜੀ ਤੁਸੀਂ ਗੱਲ ਕਰੋ ਜੀ ਜੀ ਤੁਸੀਂ ਟੈਲੀਫੋਨ ਤੇ ਗੱਲ ਕਰੋ ਜੀ। ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਗੱਲ ਕਰੋ ਜੀ। ਹਾਂਜੀ ਮੈਂ ठीक तो अभी सवाल क्या है जी? मैं पहले स्टूडेंट आया था, ये मैंने ट्वाइस का किया हुआ था, उसके बाद मैं इंडिया चले गया, इंडिया से वीजा लेके आया, मेरी यहाँ शादी होगी स्पाउस वीजे पर। ठीक है। तो बाद में इन लोगों ने मेरा रिफ्यूज कर दिया कि बोल रहे कि तुमने जब लोगों का तुमने कोई व्यवस्था दिया था तो इसलिए मेरा रिफ्यूज करके मेरे को भेज दिया, आपको सर्टिफिकेट अभी नहीं दी जाती, अभी भी मैं चला गया। ठीक। जून से किया हुआ है अपील की हुई है। तो अभी क्या अपील की है आपने? हाँ जी, हाँ जून से किया हुआ है। तो अभी सवाल क्या है? कब से आएगा अपील? कब तक आएगी जी? आपकी कॉल का शुक्रिया। अगर आपने अपील की है उसका इंतजार करें, अपील में 6-7 महीने 8 महीने लग जाते हैं। अपील जब आपकी हेयरिंग डेट आएगी उस वक्त आपको कोर्ट में जाना पड़ेगा, जाकर जज को केस बताएंगे, वो फिर इसका फैसला हाँ या ना में करेगा। अभी जस्ट हेयरिंग डेट का वेट करें। कॉल का शुक्रिया वद्या। नेक्स्ट कॉलर वाल जी ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਜੀ, ਮੈਂ ਪੁਰਤਗਾਲ ਤੋਂ ਆਇਆ ਤੇ ਮੈਂ ਫੈਮਿਲੀ ਮੰਗਾਉਣੀ, ਉਹਦੇ ਪੇਪਰ ਕਿਹੜੇ ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਪਲੀਜ਼ ਦੱਸ ਸਕਦੇ? ਤੁਸੀਂ ਇੱਥੇ ਕੰਮ ਕਰ ਰਹੇ ਹੋ? ਹਾਂਜੀ, ਮੇਰੇ ਕੋਲ 6 ਮੰਥ ਦਾ ਕੰਟੈਕਟ ਆ। ਤਾਂ ਤੁਹਾਡੀ ਫੈਮਿਲੀ ਕਿੱਥੇ ਹੈ? ਇੰਡੀਆ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਹਾਂ, ਤੁਸੀਂ ਇਸ ਲਈ ਫੈਮਿਲੀ ਨੂੰ ਬੁਲਾ ਸਕਦੇ ਹੋ। ਅਗਰ ਯੂਕੇ ਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ ਤਾਂ ਤੁਹਾਡੇ ਕੋਲ ਪਰੂਫ ਹੈ ਕਿ ਤੁਸੀਂ ਕੰਮ ਕਰ ਰਹੇ ਹੋ, ਤੁਹਾਡੇ ਕੋਲ ਰੈਜ਼ੀਡੈਂਟ ਪਰਮਿਟ ਹੈ, ਨਾਲ ਤੁਹਾਡੇ ਜਿਹੜੇ ਪੈਸੇ ਨੇ, ਜਿਹੜੇ ਵੇਜਿਸ ਨੇ, ਉਹ ਬੈਂਕ ਦੇ ਵਿੱਚ ਜਾ ਰਹੇ ਨੇ, ਤੁਸੀਂ ਫੈਮਿਲੀ ਨੂੰ ਸਪੋਰਟ ਕਰ ਰਹੇ ਹੋ, ਤਾਂ ਤੁਸੀਂ ਫੈਮਿਲੀ ਨੂੰ ਇੱਥੋਂ ਸਪਾਂਸਰ ਕਰਕੇ ਯੂਕੇ ਦੇ ਵਿੱਚ ਬੁਲਾ ਸਕਦੇ ਹੋ। ਕੱਲ੍ਹ ਦਾ ਸ਼ੁਕਰੀਆ ਵਧਿਆ। ਨੈਕਸਟ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ। ਹਾਂਜੀ ਹਾਂਜੀ ਜੀ ਹਾਂਜੀ, ਮੈਂ ਪੁੱਛਣਾ ਸੀ ਵੀ ਜਿੱਦਾਂ ਪਿਓ ਭਰਾ ਇੱਥੇ ਸਾਰੇ ਪੱਕੇ ਹੋਣ, ਠੀਕ ਹੈ, ਤੇ ਮੁੰਡਾ ਸਟੂਡੈਂਟ ਹੋਵੇ, ਸਟੂਡੈਂਟ ਜਿੱਦਾਂ ਉਹਦਾ ਕੇਸ ਕਾਲਜ ਬਲੈਕ ਲਿਸਟ ਹੋ ਗਿਆ ਹੋਵੇ, ਠੀਕ ਹੈ, ਤੇ ਉਹ ਮੁੜ ਕੇ ਵੀ ਆਪਣੇ ਐਫ ਐਲ ਆਰ ਪਾਈ ਜਾਂਦਾ ਤੇ ਉਹਦੇ ਬੇਸ ਤੇ ਉਹਦਾ ਬਣ ਸਕਦਾ ਕਿ ਨਹੀਂ ਬਣ ਸਕਦਾ? ਨਹੀਂ ਜੀ, ਉਸ ਤਰ੍ਹਾਂ ਨਹੀਂ ਬਣ ਸਕਦਾ। ਅਗਰ ਉਹ ਯੂਕੇ ਦੇ ਪੜ੍ਹਨੇ ਦੇ ਵਾਸਤੇ ਆਇਆ ਸੀ, ਅਗਰ ਪੜ੍ਹਾਈ ਕੰਟੀਨਿਊ ਰੱਖਦਾ, ਕੋਈ ਡਿਗਰੀ ਵਗੈਰਾ ਲੈ ਲੈਂਦਾ, ਫਿਰ ਉਸਦਾ ਚਾਂਸ ਸੀ ਵਰਕ ਪਰਮਿਟ ਦਾ। ਉਹ ਅਗਰ ਨਹੀਂ ਕੀਤਾ ਹੈ ਤਾਂ ਫਿਰ ਉਸਦੇ ਵਾਸਤੇ ਕਾਫੀ ਮੁਸ਼ਕਲ ਹੈ, ਲੇਕਿਨ ਅਗਰ ਜਦੋਂ ਉਹ ਇੱਕ ਕੇਸ ਪਾਉਣਾ ਛੋੜ ਦੇਗਾ ਜਾਂ ਅਪੀਲਾਂ ਛੋੜ ਦੇਗਾ ਤਾਂ ਇਮੀਗ੍ਰੇਸ਼ਨ ਵਾਲੇ ਉਸਨੂੰ ਡਿਪੋਰਟ ਕਰਨਗੇ। ਇਸ ਵਜ੍ਹਾ ਦੇ ਵਾਸਤੇ ਉਸਨੂੰ ਚਾਹੀਦਾ ਹੈ ਕਿ ਕੋਈ ਨਾ ਕੋਈ ਲੀਗਲ ਤਰੀਕੇ ਨਾਲ ਇੱਥੇ ਰਹਿੰਦਾ ਰਹੇ ਜਾਂ ਕਿਸੇ ਵਕੀਲ ਤੋਂ ਤੁਸੀਂ ਐਡਵਾਈਸ ਲੈ ਲਿਓ। ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ। ਨੈਕਸਟ ਕਾਲਰ ਵਾਲ ਜੀ ਸਤਿ ਸ਼੍ਰੀ ਅਕਾਲ ਮਲਿਕ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਹਾਂ ਮਲਿਕ ਸਾਹਿਬ, ਸਾਡਾ ਹੈ ਨਾ ਕੋਰਟ ਆਫ ਅਪੀਲ ਤੇ ਕੇਸ ਲੱਗਾ ਸੀ ਤਾਂ ਉਹਨੇ ਸਾਨੂੰ ਲੈਟਰ ਪਾਈ ਸੀਗੀ 100 ਪਾਉਂਡ ਪੇ ਕਰਨ ਦੀ, ਉਹ ਆਪਾਂ ਪੇ ਕਰ ਦਿੱਤਾ ਤਾਂ ਹੁਣ ਉਹਨਾਂ ਦੀ ਲੈਟਰ ਆਈ ਹੈ ਕਿ ਅਸੀਂ ਤੁਹਾਡੇ ਐਪਲੀਕੇਸ਼ਨ ਰਿਸੀਵ ਕਰ ਲਈ ਆ, ਤੇ ਹੁਣ ਆਪਾਂ ਨੂੰ ਕਿੰਨਾ ਟਾਈਮ ਲੱਗੂਗਾ ਉੱਥੇ?
ਜੀ ਤੁਹਾਡੀ ਕੱਲ ਦਾ ਸ਼ੁਕਰੀਆ ਬੱਚਿਆਂ ਨੂੰ ਨਾ 4 ਸਾਲ ਪੂਰੇ ਹੋ ਕੇ 5ਵਾਂ ਲੱਗਿਆ ਆ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਤੁਸੀਂ ਜਸਟ ਚੁੱਪ ਕਰਕੇ ਉਸਦਾ ਵੇਟ ਕਰੋ ਜਿੰਨੀ ਜ਼ਿਆਦਾ ਦੇਰ ਲੱਗਿਆ ਤੁਹਾਡੇ ਹੱਕ ਵਿੱਚ ਹੈ ਕਿਉਂਕਿ ਅਗਰ ਤੁਹਾਡੇ ਬੱਚੇ ਨੂੰ 7 ਸਾਲ ਪੂਰੇ ਨਹੀਂ ਹੋਏ ਫਿਰ ਤੁਹਾਨੂੰ ਗਾਰੰਟੀ ਨਹੀਂ ਹੈ ਕਿ ਤੁਹਾਡਾ ਸਟੇ ਮਿਲੇਗਾ ਇਹ ਵੀ ਚਾਂਸਿਸ ਨੇ ਕਿ ਉੱਥੋਂ ਤੁਹਾਡਾ ਰਿਫਿਊਜ਼ ਕਰ ਦੇਣਗੇ ਤੁਸੀਂ ਜਸਟ ਚੁੱਪ ਕਰਕੇ ਵੇਟ ਕਰੋ ਜਿੰਨੀ ਜ਼ਿਆਦਾ ਦੇਰ ਲੱਗਦੀ ਹੈ ਇਤਨਾ ਜ਼ਿਆਦਾ ਚੰਗਾ ਹੈ ਕੱਲ ਦਾ ਸ਼ੁਕਰੀਆ ਵਧਦੇ ਹਾਂ ਨੈਕਸਟ ਕਾਲਰ ਵਾਲ ਜੀ ਸਲਾਮ ਵਾਲੇਕੁਮ ਸਰ ਜੀ ਵਾਲੇਕੁਮ ਸਲਾਮ ਸਰ ਮੈਂ ਬਾਤ ਦੋ ਪੁੱਛਣੀ ਹੈ ਇੱਕ ਤੋਂ ਮੈਨੂੰ ਇਹ ਪੁੱਛਣਾ ਜੋ 18,600 ਵਾਲਾ ਸਪਾਊਸ ਵੀਜ਼ੇ ਕੇ ਉੱਪਰ ਵੋ ਵੀ ਇੱਕ ਹੈ ਸਿਸਟਮ ਕਿ ਨਹੀਂ ਹੈ ਅਭੀ ਔਰ ਪੁਰਾਣੇ ਰੂਲ ਕੇ ਤਹਿਤ ਜੀ ਔਰ ਦੂਸਰਾ ਇਹ ਹੈ ਕਿ ਅਗਰ ਮੈਨੇ ਆਪਣੀ ਵਾਈਫ ਕਾ ਵੀਜ਼ਾ ਦੁਬਾਰਾ ਅਪਲਾਈ ਕਰਨਾ ਹੈ ਤੋ ਉਨਕੋ 6 ਵੇਜੇ ਸਲਿਪਰ ਚਾਹੀਏ ਤੋ ਮੇਰੀ ਜੋ ਵੇਜੇ ਸਲਿਪ ਹੈ ਉਹ ਇੱਕ ਦੋ ਦਿਨ ਅੱਗੇ ਪਿੱਛੇ ਹੋ ਗਏ ਤੋ ਮੈਂ ਉਨਕੋ ਦੁਬਾਰਾ 1 ਵੇਜੇ ਸਲਿਪ ਬਾਅਦ ਮੈਂ ਪੋਸਟ ਕਰ ਸਕਤਾ ਹੂੰ ਜੀ ਆਪਣੀ ਕਾਲ ਦਾ ਸ਼ੁਕਰੀਆ ਪਹਿਲੀ ਬਾਤ ਇਹ ਕਿ 18,600 ਕਾ ਕਾਨੂੰਨ ਬਿਲਕੁਲ ਮੌਜੂਦ ਹੈ ਦੂਸਰੀ ਬਾਤ ਇਹ ਕਿ ਬਾਅਦ ਮੇ ਵੋ ਨਹੀਂ ਲੇਤੇ ਜਬ ਆਪ ਅਪਲੀਕੇਸ਼ਨ ਕਰੇ ਉਸ ਵਕਤ ਆਪਕੇ ਪਾਸ ਮਿਨੀਮਮ 6 ਮਹੀਨੇ ਕੀ ਪੇ ਸਲਿਪਸ ਹੋਂ ਔਰ 6 ਮਹੀਨੇ ਕੀ ਪੇ ਸਲਿਪ ਬੈਂਕ ਸਟੇਟਮੈਂਟ ਹੋ ਤਾਂ ਕਿ ਜਿਨਸੇ ਪਤਾ ਚਲੇ ਕਿ ਵੇਜਿਸ ਜੋ ਹੈ ਉਹ ਬੈਂਕ ਮੇ ਗਏ ਅਗਰ ਇੱਕ ਵੀ ਮਿਸਿੰਗ ਹੈ ਬਾਅਦ ਮੇ ਵੋ ਆਪਸੇ ਐਕਸੈਪਟ ਨਹੀਂ ਕਰੇਂਗੇ ਐਟ ਦ ਟਾਈਮ ਆਫ ਅਪਲੀਕੇਸ਼ਨ ਆਪਸੇ ਮੰਗਤੇ ਹੈ ਕਾਲ ਕਾ ਸ਼ੁਕਰੀਆ ਵਧਦੇ ਹਾਂ ਨੈਕਸਟ ਕਾਲਰ ਵਾਲ ਜੀ ਅਸਲਾਮ ਵਾਲੇਕੁਮ ਮਲਕ ਸਾਹਿਬ ਜੀ ਵਾਲੇਕੁਮ ਸਲਾਮ ਸਰ ਮੈਂ ਇਹ ਪੁੱਛਣਾ ਹੈ ਅਭੀ ਉਹ ਬੈਨੀਫਿਟ ਕਾ ਕੁਛ ਹੁਆ ਸਰ ਆਪਨੇ ਬੋਲਾ ਥਾ ਨਾ ਡਿਸਕਸ਼ਨ ਲਈ ਵਾਲੋ ਕੋ ਅਭੀ ਬੱਚੇ ਬੈਨੀਫਿਟ ਲੈਣ ਕੇ ਲਈ ਆਪਨੇ ਦਿਆ ਹੁਆ ਕੁਛ ਜੀ ਆਪਕੀ ਕਾਲ ਕਾ ਸ਼ੁਕਰੀਆ ਜੀ ਮੈਂ ਸਮਝ ਗਿਆ ਇਸ ਔਰ ਇੱਕ ਦੂਸਰਾ ਸਰ ਸਵਾਲ ਮੇਰਾ ਮਲਖਾ ਜੀ ਹੈ ਕਿ ਅਗਰ ਉਹ ਜੋ ਬੱਚਾ ਡਿਸਕਸ਼ਨ ਲਈ ਲੈ ਰਿਹਾ ਹੈ ਬੈਨੀਫਿਟ ਤੋ ਅਗਰ ਉਹਨੇ ਐਕਸਟੈਂਸ਼ਨ ਕਰ ਲਈ ਤਾਂ ਉਸਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਏਗਾ ਸਰ ਉਹ ਬੱਚੇ ਦਾ ਜੀ ਆਪਕੀ ਕਾਲ ਕਾ ਸ਼ੁਕਰੀਆ ਪਹਿਲੀ ਬਾਤ ਇਹ ਕਿ ਅਗਰ ਬੈਨੀਫਿਟਸ ਅੱਜ ਕੱਲ੍ਹ ਇਮੀਗ੍ਰੇਸ਼ਨ ਵਾਲੇ ਬਾਜ਼ ਔਕਾਤ ਉਹ ਲਿਖ ਦੇਤੇ ਕਿ ਆਪ ਬੈਨੀਫਿਟਸ ਨਹੀਂ ਲੈ ਸਕਤੇ ਜਿਨਕੋ 7 ਸਾਲ ਕੀ ਬੇਸ ਪੇ ਸਟੇ ਮਿਲੇ ਲੇਕਿਨ ਅਗਰ ਉਹ ਬੈਨੀਫਿਟਸ ਲੈਣਾ ਚਾਹੇ ਇੱਕ ਫਾਰਮ ਹੈ ਉਹ ਕੰਪਲੀਟ ਕਰਕੇ ਹੋਮ ਆਫਿਸ ਕੋ ਭੇਜਣਾ ਪੜਤਾ ਫਿਰ ਅਗਰ ਹੋਮ ਆਫਿਸ ਵਾਲੇ ਸਮਝੇ ਤੋ ਉਨਕੋ ਪਰਮਿਸ਼ਨ ਦੇ ਦੇਤੇ ਹੈ ਅਗਰ ਉਹ ਪਰਮਿਸ਼ਨ ਦੇ ਦੇ ਬੈਨੀਫਿਟਸ ਕੀ ਤੋ ਫਿਰ ਅਗਰ ਬੈਨੀਫਿਟਸ ਲੈ ਤੋ ਉਸਮੇ ਐਕਸਟੈਂਸ਼ਨ ਮੇ ਕੋਈ ਫਰਕ ਨਹੀਂ ਪੜਤਾ ਐਕਸਟੈਂਸ਼ਨ ਉਨਕੋ ਮਿਲ ਜਾਤੀ ਹੈ ਕਾਲ ਕਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਜਸਵੀਰ ਸਿੰਘ ਇਟਲੀ ਤੋਂ ਬੋਲ ਰਿਹਾ ਜੀ ਜੀ ਮੈਂ ਸਰ ਇਟਲੀ ਤੋਂ ਇੰਗਲੈਂਡ ਆਉਣ ਲਈ ਪਹਿਲਾਂ ਵੀ 2 ਵਾਰ ਵੀਜ਼ਾ ਰਿਫਿਊਜ਼ ਹੋ ਚੁੱਕਿਆ ਮੇਰਾ ਠੀਕ ਹੈ ਤੇ ਮੈਨੂੰ 2 ਸਾਲ ਹੋ ਗਏ ਰਿਫਿਊਜ਼ ਹੋਏ ਨੂੰ ਤੇ ਮੈਂ ਅਗਲੀ ਵਾਰ ਅਪਲਾਈ ਕਰ ਸਕਦਾ ਤੁਹਾਡੇ ਕੋਲ ਪਾਸਪੋਰਟ ਕਿਹੜਾ ਹੈ ਇੰਡੀਅਨ ਪਾਸਪੋਰਟ ਹੈ ਇੰਡੀਅਨ ਹਾਂਜੀ ਹਾਂਜੀ ਸਰ ਠੀਕ ਹੈ ਜੀ ਤੁਹਾਡੀ ਕੱਲ੍ਹ ਦਾ ਸ਼ੁਕਰੀਆ ਇਹ ਡਿਪੈਂਡ ਹੈ ਕਿ ਅਗਰ ਤੁਹਾਡਾ ਕੇਸ ਰਿਫਿਊਜ਼ ਹੋਇਆ ਸੀ ਤੁਸੀਂ ਅਗਰ ਚਾਹੁੰਦੇ ਤਾਂ ਇਸਨੂੰ ਅੱਗੇ ਕੋਰਟ ਦੇ ਵਿੱਚ ਲੈ ਜਾ ਸਕਦੇ ਹੋ ਲੇਕਿਨ ਫਿਰ ਵੀ ਅਗਰ ਤੁਸੀਂ ਐਪਲੀਕੇਸ਼ਨ ਪਾਉਣਾ ਚਾਹੋ ਤਾਂ ਤੁਸੀਂ ਪਾ ਸਕਦੇ ਹੋ ਲੇਕਿਨ ਤੁਸੀਂ ਵੇਖੋ ਕਿ ਤੁਹਾਡੀਆਂ ਪਹਿਲੇ 2 ਐਪਲੀਕੇਸ਼ਨਾਂ ਕਿਉਂ ਰਿਫਿਊਜ਼ ਹੋਈਆਂ ਉਹ ਜਿਸ ਗੱਲ ਤੇ ਰਿਫਿਊਜ਼ ਹੋਈਆਂ ਉਹ ਹੋਈਆਂ ਜੀ ਬੈਂਕ ਬੈਲੈਂਸ ਤੋਂ ਸੈਟਿਸਫਾਈ ਨਹੀਂ ਸੀਗੀ ਉਹ ਬਸ ਜੀ ਫਿਰ ਉਹ ਬੈਂਕ ਬੈਲੈਂਸ ਨੂੰ ਠੀਕ ਕਰਕੇ ਜਿਹੜੀਆਂ ਜਿਸ ਗੱਲ ਤੇ ਰਿਫਿਊਜ਼ ਹੋਈਆਂ ਉਹਨੇ ਗੱਲਾਂ ਨੂੰ ਠੀਕ ਕਰਕੇ ਉਸ ਤੋਂ ਬਾਅਦ ਅਗਰ ਦੁਬਾਰਾ ਐਪਲੀਕੇਸ਼ਨ ਐਨੀ ਟਾਈਮ ਪਾਉਣਾ ਚਾਹੋ ਤਾਂ ਤੁਸੀਂ ਪਾ ਸਕਦੇ ਹੋ ਤੁਹਾਡੀ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਹਾਂਜੀ ਜੀ ਤੁਸੀਂ ਗੱਲ ਕਰੋ ਜੀ ਹਾਂਜੀ ਅੱਛਾ ਸਰ ਜੀ ਗੱਲ ਇਸ ਤਰ੍ਹਾਂ ਹੈ ਕਿ ਮੈਂ ਮੇਰੇ ਕੋਲ ਬ੍ਰਿਟਿਸ਼ ਮੈਂ ਬ੍ਰਿਟਿਸ਼ ਨੈਸ਼ਨੈਲਿਟੀ ਮੇਰੇ ਕੋਲ ਤੇ ਪਾਕਿਸਤਾਨੀ ਨੈਸ਼ਨੈਲਿਟੀ ਵੀ ਹੈ ਨਾ ਡਿਊ ਨੈਸ਼ਨੈਲਿਟੀ ਮੈਂ ਐਕਚੁਅਲੀ ਸ਼ਾਦੀ ਕੀਤੀ ਪਾਕਿਸਤਾਨ 4 ਸਾਲ ਹੋਏ ਲੇਕਿਨ ਮੈਂ ਆਪਣੀ ਵਾਈਫ ਨੂੰ ਬੁਲਾਇਆ ਨਹੀਂ ਮੈਂ ਆਪ 2 ਸਾਲ ਬਾਅਦ ਹੁਣ ਵਾਪਸ ਇੱਥੇ ਲੰਡਨ ਆਇਆ ਮੈਂ ਦੁਬਈ ਸੀ ਮੈਨੂੰ ਨਾ ਇੱਥੇ ਆਇਆ ਤੇ ਮੇਰੇ 2 ਬਾਈਪਾਸ ਹੋ ਗਏ ਤੇ ਮੇਰੀ ਮੈਡੀਕਲ ਕੰਡੀਸ਼ਨ ਹੈ ਕਿ ਮੈਂ ਕੰਮ ਤੇ ਨਹੀਂ ਜਾ ਸਕਦਾ ਸੋ ਮਸਲਾ ਹੈ ਕਿ ਅਗਰ ਮੈਂ ਫਿਟ ਹੁੰਦਾ ਤੇ ਕੰਮ ਤੇ ਜਾ ਕੇ 18,500 ਪਾਉਂਡ ਕਹਿੰਦੇ ਨੇ ਤੁਸੀਂ ਸ਼ੋਅ ਕਰੋ ਉਹ ਮੈਂ ਕਰ ਨਹੀਂ ਸਕਦਾ ਬਿਕੋਜ਼ ਮੇਰੇ ਬਾਈਪਾਸ ਹੋਏ ਮੈਂ ਅਨਫਿਟ ਹਾਂ ਤੇ ਮੇਰੀ ਨਾ ਉਹਨਾਂ ਨੇ ਨਾ ਉਹ ਲਾ ਦਿੱਤੀ ਈ ਐਸ ਏ ਲਾ ਦਿੱਤਾ ਕਿ ਅਨਫਿਟ ਟੂ ਗੋ ਟੂ ਵਰਕ ਤੇ ਮੇਰੇ ਕੋਲ ਇੱਥੇ ਹੁਣ ਜਿਹੜਾ ਘਰ ਵਗੈਰਾ ਆਪਣਾ ਕੋਈ ਨਹੀਂ ਹੈ ਸਿਰਫ ਮੇਰੇ ਕੋਲ ਕੌਂਸਲ ਵਾਲੇ ਮੈਨੂੰ ਆਪਣਾ ਫਲੈਟ ਦੇ ਰਹੇ ਨੇ ਤੇ ਬਾਕੀ ਮੇਰੇ ਉਹਨਾਂ ਨੇ ਪੈਸੇ ਲਾ ਦਿੱਤੇ ਨੇ ਕਿ ਤੂੰ ਮਤਲਬ ਕੰਮ ਤੇ ਜਾਣਾ ਨੀ ਤੈਨੂੰ ਨਾ ਉਹ ਡਾਕਟਰ ਮੈਨੂੰ ਇੱਕ ਨੋਟ ਦਿੰਦਾ ਠੀਕ ਹੈ ਜੀ ਮੈਂ ਸਮਝ ਗਿਆ ਤੁਹਾਡੀ ਗੱਲ ਇਸ ਤੇ ਵੀ 2 ਗੱਲਾਂ ਨੇ ਅਗਰ ਤਾਂ ਤੁਹਾਨੂੰ ਡਿਸੇਬਿਲਿਟੀ ਬੈਨੀਫਿਟਸ ਮਿਲਦੇ ਨੇ ਤਾਂ ਫਿਰ ਤੁਸੀਂ ਆਪਣੀ ਵਾਈਫ ਨੂੰ ਬੁਲਾ ਸਕਦੇ ਹੋ ਅਗਰ ਉਹ ਨਹੀਂ ਮਿਲਦੇ ਨੇ ਫਿਰ ਜਾਂ ਤਾਂ ਤੁਸੀਂ ਕੰਮ ਕਰੋ 18,600 ਕਮਾਓ ਜਾਂ ਅਗਰ ਤੁਹਾਡੇ ਕੋਲ 62,500 ਪਾਉਂਡ ਤੋਂ ਜ਼ਿਆਦਾ ਸੇਵਿੰਗ ਨੇ 62,500 ਪਾਉਂਡ ਅਗਰ ਤੁਹਾਡੇ ਬੈਂਕ ਵਿੱਚ ਨੇ 6 ਮਹੀਨੇ ਦੇ ਵਾਸਤੇ ਫਿਰ ਤੁਸੀਂ ਉਹਨਾਂ ਨੂੰ ਬੁਲਾ ਸਕਦੇ ਹੋ ਜਾਂ ਫਿਰ ਅਗਰ ਤੁਸੀਂ ਡਿਸੇਬਿਲਿਟੀ ਬੈਨੀਫਿਟਸ ਤੁਹਾਨੂੰ ਮਿਲਦੇ ਨੇ ਫਿਰ ਤੁਸੀਂ ਵਾਈਫ ਨੂੰ ਬੁਲਾ ਸਕੋਗੇ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਹੈਲੋ ਜੀ ਮਲਕ ਸਾਹਿਬ ਜੀ ਜੀ ਹਾਂਜੀ ਮੈਂ ਓਸੀ ਬਾਰੇ ਪੁੱਛਣਾ ਸੀ ਇੰਡੀਅਨ ਓਸੀ ਬਾਰੇ ਜਿਹੜਾ ਵੀਜ਼ਾ ਕੋਈ ਦੱਸੋਗੇ ਜੀ ਤੁਹਾਡੀ ਕੱਲ੍ਹ ਦਾ ਸ਼ੁਕਰੀਆ ਤੁਸੀਂ ਇੰਡੀਅਨ ਹਾਈ ਕਮਿਸ਼ਨ ਚਲੇ ਜਾਓ ਤਾਂ ਉਹ ਫਾਰਮ ਕੰਪਲੀਟ ਕਰਕੇ ਅਗਰ ਆਪਣਾ ਕੋਈ ਪਰੂਫ ਇੰਡੀਅਨ ਦਾ ਦੇ ਦਿਓ ਨੈਸ਼ਨੈਲਿਟੀ ਸਰਟੀਫਿਕੇਟ ਵੀ ਦੇ ਦਿਓ ਨਾਲ ਅਗਰ ਕੋਈ ਇੰਡੀਅਨ ਪਾਸਪੋਰਟ ਉਹ ਵੀ ਦੇ ਦਿਓ ਤਾਂ ਤੁਹਾਨੂੰ ਓਸੀਆਈ ਕਾਰਡ ਇਸ਼ੂ ਕਰ ਦੇਣਗੇ
ਇੱਥੇ ਪੋਸੀਬਲ ਹੈਗਾ ਜਦੋਂ ਵਿਜ਼ਿਟਿੰਗ ਵੀਜ਼ਾ ਦਾ ਇੱਥੇ ਮੇਰੇ ਕੋਲ ਦੋ ਤਿੰਨ ਵਾਰ ਆ ਚੁੱਕੇ ਆ ਠੀਕ ਹੈ ਫਿਰ ਮੈਂ ਆਹੀ ਪੁੱਛਣਾ ਸੀ ਉਹਨਾਂ ਨੂੰ ਪਰਮਨੈਂਟਲੀ ਇੱਥੇ ਬੁਲਾ ਸਕਦੀ ਹਾਂ ਜੀ ਤੁਹਾਡੀ ਗੱਲ ਦਾ ਸ਼ੁਕਰੀਆ ਨਹੀਂ ਜੀ ਹੁਣ ਤੁਸੀਂ ਨਹੀਂ ਬੁਲਾ ਸਕਦੇ ਹੋ ਕਿਉਂਕਿ ਪਹਿਲੇ ਕਾਨੂੰਨ ਸੀ 2012 ਦੇ ਵਿੱਚ ਤੋਂ ਪਹਿਲੇ ਕਿ ਅਗਰ ਤੁਹਾਡੇ ਮਾਪੇ ਉੱਥੇ 65 ਤੋਂ ਜ਼ਿਆਦਾ ਤੁਸੀਂ ਉਹਨੇ ਬੁਲਾ ਸਕਦੇ ਸੀ ਲੇਕਿਨ 2012 ਦੇ ਵਿੱਚ ਇਹ ਕਾਨੂੰਨ ਬੰਦ ਹੋ ਗਿਆ ਖਤਮ ਹੋ ਗਿਆ ਹੁਣ ਤੁਸੀਂ ਨਹੀਂ ਉਹਨੇ ਬੁਲਾ ਸਕਦੇ ਹੋ ਲੇਕਿਨ ਵਿਜ਼ਟਰ ਅਗਰ ਉਹ ਇੱਥੇ ਆ ਜਾਣ ਇੱਥੋਂ ਉਹਨੇ ਦੇ ਵਾਸਤੇ ਕੋਈ ਨਾ ਕੋਈ ਐਪਲੀਕੇਸ਼ਨ ਅਗਰ ਤੁਸੀਂ ਫਾਈਟ ਕਰਨਾ ਚਾਹੋ ਉਹਨੇ ਦਾ ਕੇਸ ਯੂਕੇ ਦੇ ਵਿੱਚੋਂ ਫਾਈਟ ਕਰ ਸਕਦੇ ਹੋ ਤੁਹਾਡੀ ਕਾਲ ਦਾ ਸ਼ੁਕਰੀਆ ਵਧੀਆ ਨੈਕਸਟ ਕਾਲਰ ਵਾਲ ਜੀ ਹੈਲੋ ਜੀ ਜੀ ਮੇਰੇ ਦੋ ਕੁਐਸਚਨ ਹੈ ਇੱਕ ਕੁਐਸਚਨ ਮੈਂ ਪਹਿਲਾਂ ਇੱਥੇ ਸਟੂਡੈਂਟ ਸੀ ਮੈਂ ਟਵਾਈਕ ਦਾ ਉਸ ਟਾਈਮ ਤੇ ਕੋਰਸ ਕੀਤਾ ਸੀਗਾ ਉਸ ਤੋਂ ਬਾਅਦ ਵਿੱਚ ਮੈਂ ਇੰਡੀਆ ਇੱਥੇ ਮੇਰਾ ਵਿਆਹ ਹੋ ਗਿਆ ਵਿਆਹ ਕਰਕੇ ਮੈਂ ਇੰਡੀਆ ਚਲੇ ਗਿਆ ਬ੍ਰਿਟਿਸ਼ ਕੁੜੀ ਨਾ ਇੰਡੀਆ ਤੋਂ ਮੈਂ ਵੀਜ਼ਾ ਲੈ ਕੇ ਆਇਆ ਹੁਣ ਮੈਂ ਇਨਡੈਫੀਨੇਟਲੀ ਅਪਲਾਈ ਕੀਤਾ ਤੇ ਮੈਨੂੰ ਉਹਨਾਂ ਨੇ ਰਿਫਿਊਜ਼ ਕਰਤਾ ਵੀ ਤੂੰ ਟਵਾਈਕ ਦਾ ਕੀਤਾ ਸੀ ਮੈਨੂੰ ਹੁਣ ਮੈਂ ਟਵਾਈਕ ਦੀ ਅਪੀਲ ਕੀਤੀ ਹੋਈ ਆ ਵੀ ਨਾ ਇਨਡੈਫੀਨੇਟ ਵਾਸਤੇ ਅਪੀਲ ਕੀਤੀ ਹੋਈ ਆ ਤੇ ਉਹ ਕਿੰਨੇ ਟਾਈਮ ਚ ਤੇ ਕਦੋਂ ਆਉਂਦੀ ਆ ਤੇ ਉੱਥੇ ਮੈਨੂੰ ਆਪ ਹੀਅਰਿੰਗ ਤੇ ਜਾਣਾ ਪਊਗਾ ਦੂਸਰਾ ਕੁਐਸਚਨ ਇਹ ਆ ਵੀ ਮੇਰਾ ਕਜ਼ਨ ਯੂਰਪ ਚ ਆਉਣਾ ਚਾਹੁੰਦਾ ਆ ਉਹਦੀ ਵਾਈਫ ਤੋਂ ਇੰਡੀਅਨ ਪਾਸਪੋਰਟ ਆ ਉਹਦੇ ਬੱਚਿਆਂ ਤੋਂ ਉਹਦੇ ਕੋਲ ਦੋਨਾਂ ਤੋਂ ਜਰਮਨੀ ਪਾਸਪੋਰਟ ਆ ਵੀ ਉਹਨਾਂ ਨੂੰ ਕਿਹੜਾ ਵੀਜ਼ਾ ਲੈ ਕੇ ਆਉਣਾ ਚਾਹੀਦਾ ਜੀ ਤੁਹਾਡੀ ਗੱਲ ਦਾ ਸ਼ੁਕਰੀਆ ਤੁਹਾਡੀ ਅਪੀਲ ਦੇ ਵਿੱਚ ਤਕਰੀਬਨ 6-7 ਮਹੀਨੇ ਲੱਗ ਜਾਣਗੇ ਤੁਹਾਡਾ ਕੇਸ ਫਿਰ ਕੋਰਟ ਦੇ ਵਿੱਚ ਜਾਏਗਾ ਉੱਥੋਂ ਪਤਾ ਚੱਲੇਗਾ ਕਿ ਜੱਜ ਤੁਹਾਡਾ ਕੀ ਫੈਸਲਾ ਕਰਦਾ ਹੈ ਤੁਸੀਂ ਆਪਣੀ ਅਪੀਲ ਦੀ ਹੇਅਰਿੰਗ ਡੇਟ ਦਾ ਵੇਟ ਕਰੋ ਜਦੋਂ ਹੇਅਰਿੰਗ ਡੇਟ ਆਏਗੀ ਫਿਰ ਤੁਹਾਨੂੰ ਇੱਕ ਚੰਗੇ ਬੈਰਿਸਟਰ ਨੂੰ ਸਾਥ ਨਾਲ ਲੈ ਕੇ ਕੋਰਟ ਵਿੱਚ ਜਾਣਾ ਪਏਗਾ ਜਿਹੜਾ ਤੁਹਾਡਾ ਕੇਸ ਜੱਜ ਨੂੰ ਦੱਸੇਗਾ ਉਹ ਫਿਰ ਤੁਹਾਡੇ ਕੇਸ ਦਾ ਫੈਸਲਾ ਕਰੇਗਾ ਜਿੱਥੇ ਤੱਕ ਤੁਹਾਡੇ ਫਰੈਂਡ ਦਾ ਤਲਕ ਹੈ ਅਗਰ ਉਹ ਯੂਕੇ ਦੇ ਵਿੱਚ ਆਉਂਦਾ ਅਗਰ ਆਪਣੀ ਵਾਈਫ ਦਾ ਫੈਮਿਲੀ ਵਿਜ਼ਟਰ ਵੀਜ਼ਾ ਵੀ ਲੈ ਕੇ ਆ ਜਾਂਦਾ ਉਹ 6 ਮਹੀਨੇ ਦਾ ਹੁੰਦਾ ਯੂਕੇ ਆ ਸਕਦੇ ਨੇ ਅਗਰ ਇੱਥੇ ਆ ਕੇ ਤੁਹਾਡਾ ਜਿਹੜਾ ਫਰੈਂਡ ਨੇ ਉਹ ਇੱਥੇ ਕੰਮ ਕਰਨਾ ਸ਼ੁਰੂ ਕਰਦਾ ਉਹ ਫਿਰ ਆਪਣੀ ਵਾਈਫ ਦਾ ਵੀਜ਼ਾ ਇੱਥੋਂ ਹੀ ਐਕਸਚੇਂਜ ਕਰਵਾ ਸਕੇਗਾ ਲੇਕਿਨ ਇਹ ਤਦੋਂ ਪਾਸੇਬਲ ਹੋਏਗਾ ਜਦੋਂ ਯੂਕੇ ਯੂਰਪ ਦੇ ਵਿੱਚ ਹੈ ਇੱਕ ਵਾਰੀ ਯੂਕੇ ਯੂਰਪ ਦੇ ਵਿੱਚੋਂ ਬਾਹਰ ਨਿਕਲ ਗਿਆ ਫਿਰ ਇਹ ਪਾਸੇਬਲ ਨਹੀਂ ਰਹੇਗਾ ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਬੈਨੀਫਿਟ ਬਾਰੇ ਗੱਲ ਕਰ ਰਹੇ ਸੀਗੇ ਕਿ ਜੇ ਬੱਚੇ ਬੈਨੀਫਿਟ ਲੈਣਾ ਤੁਸੀਂ ਤਾਂ ਤੁਸੀਂ ਹੋਮਸ ਪਤਾ ਕਰ ਸਕਦੇ ਹੋ ਮਿਲ ਸਕਦੇ ਨਹੀਂ ਮਿਲ ਸਕਦਾ ਬੱਚੇ ਦਾ ਇੱਥੇ ਜਨਮ ਹੋਇਆ ਜੀ ਉਹ ਫਾਰਮ ਕਿੱਥੋਂ ਮਿਲੂਗਾ ਜੀ ਜੀ ਤੁਸੀਂ ਇਹ ਫਾਰਮ ਜਿਹੜੀ ਹੋਮ ਆਫਿਸ ਦੀ ਇੰਟਰਨੈਟ ਤੇ ਚਲੇ ਜਾਓ ਗੂਗਲ ਤੇ ਵਿੱਚ ਸਰਚ ਕਰਕੇ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹ ਤੁਹਾਨੂੰ ਉੱਥੋਂ ਮਿਲ ਜਾਏਗਾ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਹਾਂਜੀ ਜੀ ਵੇਟ ਕਰੀਏ ਜੀ ਨਹੀਂ ਤੁਸੀਂ ਗੱਲ ਕਰੋ ਜੀ ਗੱਲ ਕਰਾਂ ਜੀ ਹੈਲੋ ਜੀ ਜੀ ਪਤਾ ਕੀ ਹੈ ਮੇਰਾ ਇਹ ਮੈਂ ਇਹ ਪੁੱਛਣਾ ਹੈ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਕਹਿੰਦੇ ਇੱਕ ਮਹੀਨਾ ਰਹਿ ਸਕਦੇ ਆਪਾਂ 3 ਮਹੀਨੇ ਰਹਿ ਸਕਦੇ ਇੱਕ ਮਹੀਨਾ ਤੁਹਾਡੇ ਕੋਲ ਕਿਹੜਾ ਵੀਜ਼ਾ ਹੈ ਮੇਰੇ ਕੋਲ ਬ੍ਰਿਟਿਸ਼ ਆ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਤੁਸੀਂ ਜਿਤਨਾ ਮਰਜ਼ੀ ਚਾਹੋ ਇਤਨਾ ਜਾ ਸਕਦੇ ਹੋ ਅਗਰ ਤੁਹਾਡੇ ਕੋਲ OCI ਕਾਰਡ ਹੈ ਫਿਰ ਤਾਂ ਤੁਸੀਂ ਅਗਰ ਚਾਹੋ ਤਾਂ ਸਾਰਾ ਸਾਲ ਵੀ ਉੱਥੇ ਰਹਿ ਸਕਦੇ ਹੋ ਅਗਰ OCI ਕਾਰਡ ਨਹੀਂ ਤੁਹਾਡੇ ਪਾਸਪੋਰਟ ਤੇ ਵੀਜ਼ਾ ਲੈ ਕੇ ਜਾਣਾ ਚਾਹੋਗੇ ਫਿਰ ਤੁਹਾਡੇ ਵੀਜ਼ੇ ਤੇ ਲਿਖਿਆ ਹੋਗਾ ਕਿ ਕਿਤਨਾ ਅਰਸਾ ਤੁਸੀਂ ਇੰਡੀਆ ਰਹਿ ਸਕਦੇ ਹੋ ਲੇਕਿਨ ਬ੍ਰਿਟਿਸ਼ ਗੌਰਮੈਂਟ ਨੂੰ ਕੋਈ ਇਤਰਾਜ਼ ਨਹੀਂ ਅਗਰ ਤੁਸੀਂ 2 ਸਾਲ ਵੀ 4 ਸਾਲ ਵੀ ਉੱਥੇ ਰਹੇ ਹੋ ਤੁਸੀਂ ਰਹਿ ਸਕਦੇ ਹੋ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਰ ਜੀ ਜੀ ਤੁਸੀਂ ਗੱਲ ਕਰੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਗੱਲ ਦਾ ਸ਼ੁਕਰੀਆ ਪਹਿਲੀ ਗੱਲ ਕੇ ਜਿਹੜਾ 14 ਸਾਲ ਦਾ ਕਾਨੂੰਨ ਉਹ 2012 ਦੇ ਵਿੱਚ ਖਤਮ ਹੋਇਆ ਸੀ 9 ਜੁਲਾਈ 2012 ਦੇ ਵਿੱਚ ਅਗਰ ਕਿਸੇ ਬੰਦੇ 9 ਜੁਲਾਈ 2012 ਤੋਂ ਪਹਿਲੇ 14 ਸਾਲ ਪੂਰੇ ਕਰ ਲਏ ਸਨ ਤਾਂ ਉਹ 9 ਜੁਲਾਈ 2012 ਤੋਂ ਪਹਿਲੇ ਅਗਰ ਐਪਲੀਕੇਸ਼ਨ ਕੀਤੀ ਹੁੰਦੀ ਤਾਂ ਉਹਨੇ ਦਾ ਸਟੇ ਹੋ ਗਿਆ ਹੁੰਦਾ ਲੇਕਿਨ ਮੈਨੂੰ ਲੱਗਦਾ ਸ਼ਾਇਦ ਕੋਈ ਗੜਬੜ ਹੋ ਗਈ ਜਾਂ ਨਹੀਂ ਅਪਲਾਈ ਕਰ ਦਿੱਤਾ ਉਹ ਕਾਨੂੰਨ ਖੈਰ ਹੁਣ 20 ਸਾਲ ਦਾ ਹੋ ਗਿਆ ਇਹਨਾਂ ਦਾ ਬੱਚਾ ਅਗਰ 5 ਸਾਲ ਦਾ ਹੋ ਗਿਆ ਇਹ ਅਗਰ ਐਪਲੀਕੇਸ਼ਨ ਪਾਉਣਾ ਚਾਹੁੰ ਤਾਂ ਪਾ ਸਕਦੇ ਨੇ ਲੇਕਿਨ ਉਸ 'ਚ ਗਰੰਟੀ ਨਹੀਂ ਹੈ ਕਿ ਉਹਨਾਂ ਨੂੰ ਸਟੇ ਮਿਲੇਗਾ ਅਗਰ ਇਹਨਾਂ ਦਾ ਬੱਚਾ ਜਿਹੜਾ ਹੈ ਉਹ ਅਗਰ 7 ਸਾਲ ਇੱਥੇ ਗੁਜ਼ਾਰ ਲਿਆ 7 ਸਾਲ ਦਾ ਹੋ ਜਾਏ ਫਿਰ ਇਹਨਾਂ ਦੀ ਗਰੰਟੀ ਹੈ ਕਿ ਉਹਨਾਂ ਨੂੰ ਇੱਥੋਂ ਸਟੇ ਲੱਭ ਜਾਊਗਾ ਲੇਕਿਨ ਅਗਰ ਐਪਲੀਕੇਸ਼ਨ ਲੀਗਲ ਰਹਿਣ ਦੇ ਵਾਸਤੇ ਪਾਉਣਾ ਚਾਹੁੰ ਤਾਂ ਪਾ ਸਕਦੇ ਨੇ ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਜੀ ਮਲਿਕ ਸਾਹਿਬ ਮੇਰੇ ਇੱਕ ਸਵਾਲ ਹੈ ਜੀ ਮੇਰੇ ਮੇਰੇ ਐਪਲੀਕੇਸ਼ਨ ਡਾਲੀ ਹੈ ਅਸਾਲਮ ਤੇ ਹੂੰ ਮੈਂ ਔਰ ਮੈਨੇ ਐਪਲੀਕੇਸ਼ਨ ਡਾਲੀ ਹੈ 2 ਸਾਲ ਤਕਰੀਬਨ 2 ਸਾਲ ਹੋ ਗਏ ਕੋਈ ਜਵਾਬ ਨਹੀਂ ਆਇਆ ਤੋ ਕੀ ਐਪਲੀਕੇਸ਼ਨ ਡਾਲੀ ਹੈ ਮੈਨੇ ਡਾਲੀ ਥੀ ਫਰੈਸ਼ ਐਪਲੀਕੇਸ਼ਨ ਤੋ ਆਪਕਾ ਕੇਸ ਪਹਿਲੇ ਰਿਫਿਊਜ਼ ਹੋ ਗਿਆ ਥਾ ਹਾਂ ਪਹਿਲੇ ਯਾਨੀ 2012 ਮੈਂ ਆਇਆ ਥਾ
कोड हेयरिंग वगैरह सब करते हैं रिफ्यूज। तो अभी आपने क्या पता करना है? अभी ये पता करना है मेरे को जॉब के लिए मैं अप्लाई कर सकता हूँ जी। आपकी कॉल का शुक्रिया। नहीं आपने, आपका केस पे असल में रिफ्यूज हो गया था, अपील डिसमिस हो गई थी। आपने जो एप्लीकेशन डाली है ऐसे टाइम बाय करने के लिए डाली है, वो किसी रोज इमिग्रेशन वालों ने आपकी फाइल देख ली तो आपको वो पकड़कर वापस भिजवा देंगे, क्योंकि आपका आपका कोई केस नहीं चल रहा है। तो बस वो लकीली आप इधर रह रहे हैं, तो ज्यादा बेहतर है किसी वकील से मिलकर एडवाइस ले लें। काम की परमिशन इस स्टेज पे आपको नहीं देंगे। कॉल का शुक्रिया। बदिया नेक्स्ट कॉलर वाल जी। हेलो, हाँ जी, मैं ना पूछना सी ना सुन भाई कि यूरोप तो आए हैं। ठीक है, तो साढ़े को 5 साल वर्क परमिट है। मेरी ना आंटी इतने रही, दोनों का अपना घर बचता, वो पर डिसेबिलिटी अलाउंस लेंदे, जिदा वो अपनी मोरगेज पूरी देंदे, पर वो नहीं उन्होंने कोई कुछ क्लेम कर दे। तो जे असि उन्होंने कोई किराए ते कमरा लेना हो इदा ले सकते कि नहीं? उन्होंने इनकम होगी लोकल सिटीजन एडवाइस ब्यूरो ते भी जान, उन्हें तो एडवाइस ले लैन कि इन हालात विच के कर सकते ने। तुहाडी कॉल दा शुक्रिया। इसे दे नाल प्रोग्राम दा वेला सी ओ हुण खत्म हो रहा है। अगर किसी दे वजह दे नाल तुहाडी कॉल नहीं मिली है तो अगले सैटरडे नूं 4:30 बजे इत्थे होवांगा। उस तक इजाजत दियो, रब राखा।